पद बंद राम दास अर्जन गुरु बार श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणिक भगत वेरा गुरु ग्रंथ साहिब उद्धत बंदों कर अनुराग श्री गुरु शब्द कमाए जिन जीते पंच बिकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए सतनाम श्री वाहे गुरु साहेब जी दोहरा भगत खजाना खोल रहे हो सतगुर के दरबार चार पदार्थ संगत हैं देत लगत नहीं बार भगत खजाना खोल रहे हो वाहे गुरु जी का खालसा वाहे गुरु जी की फतेह साहिब आलम ज्ञान स्वरूप चवर छतर तखत दे मालिक जुगो जुग अटल तन तन आदि सतगुरु श्री गुरु ग्रंथ साहिब महाराज जिया की अपार बख्शिश हो रही है। संध्या दे दीवाना अंदर हाजरी भरदिया होया वडभागी सिख संगतां ने अमृतमई बाणी का नितनेम इलाही बाणी का हर जस कीर्तन सरवण किया है। उपरंत जो सतगुरु पातशाह जिया दे पावन पवित्र जीवन की कथा विचार श्री गुरु प्रताप सूरज प्रकाश ग्रंथ विचों आपां सरवण करते हाँ। लड़ीवार कथा विचार सरवण करन दा सुभाग समा आपां नूं प्राप्त हो रही है। इस कथा विचार दौरान पिछले प्रसंग विच आपां सरवण कीता है कि जिस वेले गुरसिख संगतां ने श्री गुरु अमरदास सचे पातशाह महाराज जीयां दे चरणां च ये बेनती कीती है सचे पातशाह जी कृपा करके दसो भाई रामा जी अते श्री रामदास जी इन्हां दोहां विच्चों किस दी सेवा किस दी कालना आप जी नूं प्रवान है। तो हजूर सचे पातशाह जिया ने
ਬਹੁਤ ਹੀ ਵਿਸਥਾਰ ਨਾਲ ਔਰ ਬੜੇ ਹੀ ਆਨੰਦਮਈ ਕੌਤਕ ਨੂੰ ਵਰਤਾ ਕੇ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਪ੍ਰਗਟ ਕੀਤਾ ਹੈ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਇਲਾਹੀ ਬਖਸ਼ਿਸ਼ ਹੈ ਔਰ ਜਿਸ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਅਥਾਹ ਪ੍ਰੇਮ ਹੈ, ਸਿਦਕ ਹੈ, ਨਿਸ਼ਠਾ ਹੈ, ਉਸਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਔਰ ਨਾਲ ਹੀ ਸਾਨੂੰ ਸਾਰਿਆਂ ਨੂੰ ਸ਼ਰਧਾ ਭਾਵਨਾ ਨਾਲ ਜਿੱਥੇ ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ ਹੈ ਉੱਥੇ ਸਤਿਗੁਰੂ ਦੀ ਸੰਗਤ ਵਿੱਚ ਆਉਣ ਦਾ, ਗੁਰੂ ਵਾਲੇ ਬਣਨ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਪ੍ਰਸੰਗ ਆਪਾਂ ਪਿਛਲੇ ਸਮੇਂ ਵਿੱਚ ਸਰਵਣ ਕੀਤਾ ਹੈ। ਇਸ ਤੋਂ ਅੱਗੇ ਜੋ ਅੱਜ ਦਾ ਇਹ ਪਾਵਨ ਪ੍ਰਸੰਗ ਆਰੰਭ ਹੋ ਰਿਹਾ ਹੈ, ਇਸ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਪ੍ਰਕਾਰ ਜੋ ਸ਼੍ਰੀ ਬੌਲੀ ਸਾਹਿਬ ਦੀ ਮਹਾਰਾਜ ਜੀਆਂ ਨੇ ਰਚਨਾ ਕੀਤੀ ਹੈ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ, ਉਸ ਬੌਲੀ ਸਾਹਿਬ ਦਾ ਜੋ ਮਹੱਤਵ ਹੈ ਉਹ ਕਥਨ ਕਰਦੇ ਨੇ ਔਰ ਫਿਰ ਹੋਰ ਵੀ ਸ਼ਰਧਾਵਾਨ ਅਭਿਆਸੀ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਕਿਸ ਤਰ੍ਹਾਂ ਦਾ ਉਪਦੇਸ਼ ਦੇ ਕੇ ਉਹਨਾਂ ਦਾ ਇਹ ਜੀਵਨ ਕ੍ਰਿਤਾਰਥ ਕਰਦੇ ਨੇ। ਇਸ ਅਧਿਆਏ ਵਿੱਚ ਇਸ ਅੰਮ੍ਰਿਤ ਵਿਚਾਰ ਨੂੰ ਬਹੁਤ ਵਿਸਥਾਰ ਨਾਲ, ਬੜੇ ਪ੍ਰੇਮ ਨਾਲ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਲਿਖਿਆ। ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਇਹ ਪਹਿਲੀ ਰਾਸ ਹੈ ਔਰ 58 ਨੰਬਰ ਅਧਿਆਏ ਪ੍ਰਾਰੰਭ ਹੋ ਰਹੀ ਹੈ। ਜਿਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਆਓ ਗੁਰੂ ਚਰਨਾਂ 'ਚ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਵਿਰਤੀਆਂ ਦੀ ਇਕਾਗਰਤਾ ਨਾਲ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਗਤ ਖਜ਼ਾਨਾ ਖੁੱਲ ਰਹੇ ਹੋ ਸਤਿਗੁਰ ਕੇ ਦਰਬਾਰ। ਸਭ ਤੋਂ ਪਹਿਲਾਂ ਇਸ ਅਧਿਆਏ ਦੇ ਆਰੰਭ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਕ ਦੋਹਰਾ ਉਚਾਰਨ ਕਰਦੇ ਨੇ ਜੋ ਸਤਿਗੁਰਾਂ ਦੀ ਬਖਸ਼ਿਸ਼ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਵਰਤ ਰਹੀ ਹੈ ਉਸ ਦਾ ਜ਼ਿਕਰ ਕਰਦਿਆਂ ਲਿਖਦੇ ਨੇ, ਭਗਤ ਖਜ਼ਾਨਾ ਖੁੱਲ ਰਹੇ ਹੋ। ਕਹਿੰਦੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਦਰਬਾਰ ਹੈ ਜੋ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹਜ਼ੂਰ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਨੇ, ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਔਰ ਦੋ ਸਮੇਂ ਸੁੰਦਰ ਦੀਵਾਨ ਸਜਦਾ ਹੈ। ਤੂੰ ਕਹਿੰਦੇ ਇਉਂ ਸਮਝੋ ਕਿ ਤਾਂ ਭਗਤੀ ਦਾ ਹੀ ਖਜ਼ਾਨਾ ਸਤਿਗੁਰਾਂ ਨੇ ਖੋਲ੍ਹ ਕੇ ਰੱਖਿਆ ਹੋਇਆ ਹੈ, ਭਗਤੀ ਦਾ ਖਜ਼ਾਨਾ ਹੈ ਜੋ ਹੋਰ ਕਿਤਿਓਂ ਵੀ ਪ੍ਰਾਪਤ ਨਹੀਂ ਹੁੰਦਾ। ਇਹ ਨਾਮ ਦਾ ਖਜ਼ਾਨਾ, ਸੇਵਾ ਦਾ ਖਜ਼ਾਨਾ, ਸ਼ਰਧਾ ਔਰ ਵਿਸ਼ਵਾਸ ਦਾ ਖਜ਼ਾਨਾ, ਭਗਤੀ ਭਾਵਨਾ ਦਾ ਖਜ਼ਾਨਾ, ਇਹ ਗੁਰੂ ਦੇ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਤੂੰ ਕਹਿੰਦੇ ਹੁਣ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵਿਚਰ ਰਹੇ ਨੇ, ਬੌਲੀ ਸਾਹਿਬ ਦੀ ਮਹਾਰਾਜ ਜੀਆਂ ਨੇ ਰਚਨਾ ਕੀਤੀ ਹੈ, ਅਨੇਕਾਂ ਸਿੱਖ ਸੰਗਤਾਂ ਦੂਰੋਂ ਦਰੇਡਿਓਂ ਚੱਲ ਕੇ ਆਉਂਦੀਆਂ ਨੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਨੂੰ, ਗੁਰੂ ਉਪਦੇਸ਼ ਨੂੰ ਸਰਵਣ ਕਰਦੀਆਂ ਨੇ, ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦੀਆਂ ਨੇ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀਆਂ ਨੇ ਔਰ ਸਤਿਗੁਰਾਂ ਦੀ ਸੰਗਤ ਵਿੱਚੋਂ ਸੇਵਾ ਸਿਮਰਨ ਸ਼ਰਧਾ ਭਾਵਨਾ ਆਤਮ ਗਿਆਨ
ਇਹਨਾਂ ਵਸਤੂਆਂ ਨੂੰ ਸਿੱਖ ਸੰਗਤਾਂ ਹਾਸਲ ਕਰ ਰਹੀਆਂ। ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਸਤਿਗੁਰਾਂ ਨੇ ਸਿਰਜਿਆ ਹੋਇਆ ਹੈ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਅੰਦਰ ਇਹ ਬਚਨ ਨੇ, ਗੋਬਿੰਦਵਾਲ ਗੋਬਿੰਦਪੁਰੀ ਸਮ। ਭੱਟ ਜਣਾ ਨੇ ਕਿਹਾ ਕਿ ਜੋ ਗੋਬਿੰਦਵਾਲ ਸਾਹਿਬ ਦਾ ਪਵਿੱਤਰ ਅਸਥਾਨ ਹੈ, ਇਹ ਤਾਂ ਸੋ ਗੋਬਿੰਦ ਵਾਹਿਗੁਰੂ ਪਰਮਾਤਮਾ ਦੀ ਨਗਰੀ ਦੇ ਬਰਾਬਰ ਹੈ। ਸੋ ਐਸੀ ਮਹਾਨ ਰਚਨਾ, ਐਸੀ ਕਲਾ, ਐਸੀਆਂ ਬਖਸ਼ਿਸ਼ਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਵਰਤਾ ਰਹੇ ਹਨ। ਚਾਰ ਪਦਾਰਥ ਸੰਗਤ ਹੈ ਦੇਤ ਲਗਤ ਨਹਿ ਬਾਰ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਨਾਲ ਸੰਗਤ ਰੂਪ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦਾ ਹੈ, ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਨੂੰ ਇਹ ਚਾਰ ਪਦਾਰਥ ਬਖਸ਼ਿਸ਼ ਕਰਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਅੰਦਰ ਵੀ ਚਾਰ ਪਦਾਰਥਾਂ ਦਾ ਜ਼ਿਕਰ ਹੈ, ਧਰਮ, ਅਰਥ, ਕਾਮ ਅਤੇ ਮੋਖ। ਕਹਿੰਦੇ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਜਦੋਂ ਕੋਈ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਦਾ ਹੈ, ਸੇਵਾ ਕਰਦਾ ਹੈ, ਗੁਰੂ ਦੇ ਪਾਸੋਂ ਉਸ ਨੂੰ ਧਰਮ ਦੀ ਪ੍ਰਾਪਤੀ ਹੁੰਦੀ ਹੈ। ਅਰਥ ਦਾ ਮਤਲਬ ਹੈ ਲੋੜਾਂ, ਪਦਾਰਥ। ਕਹਿੰਦੇ ਮਨ ਇੱਛੇ ਪਦਾਰਥ, ਇਹ ਸਾਰੀਆਂ ਲੋੜਾਂ ਗੁਰੂ ਦਰਬਾਰ ਵਿੱਚ ਆ ਕੇ ਜਗਿਆਸੂ ਦੀਆਂ ਪੂਰੀਆਂ ਹੁੰਦੀਆਂ ਨੇ, ਚਾਹੇ ਉਹ ਸੰਸਾਰਕ ਨੇ ਚਾਹੇ ਉਹ ਅਧਿਆਤਮਕ ਨੇ। ਕਾਮ ਦਾ ਅਰਥ ਹੈ ਮਨ ਦੀ ਕਾਮਨਾ, ਮਨ ਦੀ ਖੁਆਇਸ਼, ਇਹ ਵੀ ਸੇਵਕ ਦੀ ਗੁਰੂ ਚਰਣਾਂ ਚ ਆ ਕੇ ਪੂਰੀ ਹੁੰਦੀ ਹੈ। ਮੋਖ ਦਾ ਭਾਵ ਹੈ ਮੁਕਤੀ। ਕਹਿੰਦੇ ਇਹ ਮੁਕਤੀ ਦਾ ਪਦਾਰਥ ਵੀ ਗੁਰੂ ਦਰਬਾਰ ਵਿੱਚੋਂ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਤਰ੍ਹਾਂ ਇੱਥੇ ਭਾਈ ਸਾਹਿਬ ਜੀ ਲਿਖ ਰਹੇ ਨੇ, ਚਾਰ ਪਦਾਰਥ ਸੰਗਤ ਹੈ ਦੇਤ ਲਗਤ ਨਹਿ ਬਾਰ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਚਰਨ ਸ਼ਰਨ ਵਿੱਚ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਚਾਰ ਪਦਾਰਥ ਬਖਸ਼ਦੇ ਨੇ, ਲਗਤ ਨੈ ਬਾਰ। ਬਾਰ ਦਾ ਅਰਥ ਹੈ ਦੇਰੀ। ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ ਪਾਵਨ ਗੁਰਬਾਣੀ ਅੰਦਰ, ਧਰਮ, ਅਰਥ, ਅਰ, ਕਾਮ, ਮੋਖ, ਮੁਕਤ ਪਦਾਰਥ ਦੇਤ ਨਾ ਬਾਰ। ਕਿ ਸਤਿਗੁਰੂ ਜੀ ਇਹ ਚਾਰ ਪਦਾਰਥ ਸੇਵਕ ਨੂੰ ਦਿੰਦਿਆਂ ਹੋਇਆ ਦੇਰੀ ਨਹੀਂ ਲਾਉਂਦੇ, ਕਿਉਂਕਿ ਗੁਰੂ ਸਮਰੱਥ ਹੈ। ਦੁਨੀਆਂ ਦੇ ਵਿੱਚ ਕੋਈ ਵਿਅਕਤੀ ਕਿਸੇ ਨੂੰ ਦਾਨ ਕਰਦਾ ਹੈ, ਕਿਸੇ ਦੀ ਲੋੜ ਪੂਰੀ ਕਰਦਾ ਹੈ, ਕਈ ਵਾਰੀ ਕਿਹਾ ਜਾਂਦਾ ਹੈ ਭਾਈ ਅੱਜ ਨਾ ਆਈ ਕੱਲ੍ਹ ਆਈ, ਅਜੇ ਸਮਾਂ ਨਹੀਂ ਹੈ ਫਿਰ ਆਈ, ਅਜੇ ਮੇਰੇ ਕੋਲ ਨਹੀਂ ਹੈ ਫਿਰ ਆਈ। ਕਹਿੰਦੇ ਗੁਰੂ ਦਰਬਾਰ ਵਿੱਚ ਇਸ ਤਰ੍ਹਾਂ ਨਹੀਂ ਹੈ। ਜਦੋਂ ਵੀ ਕੋਈ ਭਾਵਨਾ ਨਾਲ ਆ ਜਾਂਦਾ ਸਤਿਗੁਰੂ ਜੀ ਉਸੇ ਵੇਲੇ ਬਖਸ਼ਿਸ਼ਾਂ ਕਰਦੇ ਨੇ। ਗੁਰੂ ਦੇ ਘਰ ਵਿੱਚ ਦੇਰੀ ਨਹੀਂ ਹੈ, ਬਾਰ ਨਹੀਂ ਹੈ। ਕਹਿੰਦੇ ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਦੇ ਰਹੇ ਹਨ। ਤੀਰਥ ਪਰਮ ਰਚਿਓ ਬੜ ਪੁੰਨ। ਇਸ ਤਰ੍ਹਾਂ ਚੌਪਈ ਆਰੰਭ ਕਰਦੇ ਨੇ ਕਿ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਬਹੁਤ ਹੀ ਪੁੰਨਾ ਵਾਲਾ, ਬਹੁਤ ਵੱਡਾ ਮਹਾਨ ਤੀਰਥ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਰਚਿਆ ਹੈ। ਸੇਵਤ ਭਏ ਪੁਰਖ ਸੋ ਧੰਨ। ਜਿਹੜੇ ਵੀ ਪੁਰਖ, ਵਡਭਾਗੀ, ਸਤਸੰਗੀ ਜਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਆ ਕੇ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਸੇਵਾ ਕਰਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਕਹਿੰਦੇ ਉਹ ਪੁਰਖ ਧੰਨ ਹਨ, ਉਹਨਾਂ ਦਾ ਜੀਵਨ ਸਫਲ ਹੈ। ਮਹਾ ਮਹਾਤਮ ਹੈ ਜਿਸ ਕੇਰਾ। ਕਹਿੰਦੇ ਇਹ ਜਿਹੜਾ ਗੋਬਿੰਦਵਾਲ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਜੀਆਂ ਨੇ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ, ਇਹ ਬੌਲੀ ਸਾਹਿਬ ਦਾ ਜੋ ਪਵਿੱਤਰ ਅਸਥਾਨ ਸਤਿਗੁਰਾਂ ਨੇ ਸਿਰਜਿਆ, ਇਸ ਅਸਥਾਨ ਦੀ ਔਰ ਇਸ ਬੌਲੀ ਸਾਹਿਬ ਦੀ ਜੋ ਮਹਾਨਤਾ ਹੈ, ਕਹਿੰਦੇ ਬਹੁਤ ਵੱਡੀ ਹੈ। ਉਸ ਦੀ ਮਹਾਨਤਾ ਕਰਦਿਆਂ
ਸਤਿਗੁਰਾਂ ਨੇ ਆਪ ਵੀ ਇਹ ਬਚਨ ਕਹੇ ਹਨ। ਜਿਸ ਮੱਝੇ ਫੜ ਲਹੇ ਕਨੇਰ, ਮੱਝੇ ਦਾ ਅਰਥ ਹੈ ਇਸ਼ਨਾਨ ਕਰਨਾ। ਕਹਿੰਦੇ ਜਿਹੜਾ ਵੀ ਕੋਈ ਮਾਈ ਪਾਈ ਸ਼ਰਧਾ ਭਾਵਨਾ ਨਾਲ, ਚਾਹੇ ਉਸਨੂੰ ਕੋਈ ਦੁੱਖ ਹੈ, ਕੋਈ ਰੋਗ ਹੈ, ਕੋਈ ਚਿੰਤਾ ਹੈ, ਪਰੇਸ਼ਾਨੀ ਹੈ, ਕੋਈ ਵਿਘਨ ਹੈ, ਜਦੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆ ਕੇ ਬੌਲੀ ਸਾਹਿਬ ਦੇ ਵਿੱਚ ਮੱਝਾ ਇਸ਼ਨਾਨ ਕਰਦਾ ਹੈ, ਕਹਿੰਦੇ ਬਹੁਤ ਫਲ ਪ੍ਰਾਪਤ ਕਰਦਾ ਹੈ, ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਸੁੰਦਰ ਸੀਤਲ ਨਿਰਮਲ ਖਰੋ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਸ ਬੌਲੀ ਸਾਹਿਬ ਦੀ ਪਵਿੱਤਰ ਰਚਨਾ ਕੀਤੀ ਹੈ। ਇਸ ਦੇ ਅੰਦਰ ਜੋ ਜਲ ਹੈ ਨੀਰ, ਕਹਿੰਦੇ ਇਹਦੀ ਵੀ ਬੜੀ ਵੱਡੀ ਬਖਸ਼ਿਸ਼ ਹੈ। ਇਸ ਅੰਮ੍ਰਿਤ ਜਲ ਦੀ ਬੜੀ ਤਾਸੀਰ ਹੈ। ਇੱਕ ਤਾਂ ਕਹਿੰਦੇ ਬੜਾ ਸੁੰਦਰ ਹੈ, ਇੱਕ ਬੜਾ ਸੀਤਲ ਹੈ, ਠੰਡਾ ਜਲ ਹੈ, ਜਿੱਥੇ ਤਪਦੇ ਹੋਏ ਸਰੀਰ ਨੂੰ ਠੰਡਾ ਕਰਦਾ ਹੈ, ਉੱਥੇ ਵਿਸ਼ੇ ਵਿਕਾਰਾਂ ਨਾਲ, ਈਰਖਾ ਤੇ ਨਫ਼ਰਤ ਨਾਲ ਤਪਦੇ ਹੋਏ ਮਨ ਨੂੰ ਵੀ ਸ਼ਾਂਤ ਕਰਦਾ ਹੈ। ਇਸ ਪ੍ਰਕਾਰ ਇਸ ਬੌਲੀ ਸਾਹਿਬ ਦੇ ਅੰਮ੍ਰਿਤ ਜਲ ਦੀ ਤਾਸੀਰ ਹੈ, ਬਖਸ਼ਿਸ਼ ਹੈ। ਅਤ ਗੰਭੀਰ ਨੀਰ ਜਿਹੇ ਭਰੋ, ਕਹਿੰਦੇ ਬਹੁਤ ਹੀ ਗੰਭੀਰ ਨੀਰ ਹੈ ਇਹਦੇ ਵਿੱਚ ਜੋ ਭਰਿਆ ਹੋਇਆ ਹੈ। ਇਹ ਕਿਸੇ ਆਬੇ ਹਯਾਤ ਨਾਲੋਂ ਕੰਮ ਨਹੀਂ ਹੈ, ਇਸ ਅੰਮ੍ਰਿਤ ਜਲ ਦੇ ਵਿੱਚ ਹੀ ਬੜੀ ਬਖਸ਼ਿਸ਼ ਵਰਤ ਰਹੀ ਹੈ। ਦੱਖਣ ਦਿਸ਼ ਮਹਿ ਝਰਨਾ ਵਹਿਓ, ਇਸ ਤਰ੍ਹਾਂ ਕਹਿੰਦੇ ਜੋ ਦੱਖਣ ਦਿਸ਼ਾ ਵੱਲ ਇਹ ਝਰਨਾ ਵਗ ਰਿਹਾ ਹੈ। ਸੁਰਸਰ ਕੋ ਪ੍ਰਵਾਹ ਤਹਿ ਲਹਿਓ, ਕਹਿੰਦੇ ਜੋ ਸੁਰਸਰ ਦਾ ਪ੍ਰਵਾਹ ਹੈ ਦੱਖਣ ਦੇ ਇਲਾਕੇ ਚ, ਸੁਰਸਰ ਕਹਿੰਦੇ ਨੇ ਜੋ ਗੰਗਾ ਨਦੀ ਹੈ, ਸਰਮੈਨਾ ਤਲਾਬ ਸਰੋਵਰ ਜਾਂ ਨਦੀ ਹੁੰਦਾ ਹੈ, ਤੋ ਸੁਰਮੈਨਾ ਦੇਵਤਾ, ਤੋ ਜਿਹੜੀ ਗੰਗਾ ਹੈ ਜਾਂ ਜਮੁਨਾ ਹੈ, ਸਰਸਵਤੀ ਹੈ, ਇਹਨਾਂ ਨੂੰ ਹਿੰਦੂ ਧਰਮ ਵਿੱਚ ਦੇਵ ਨਦੀਆਂ ਵੀ ਕਿਹਾ ਜਾਂਦਾ ਹੈ। ਸੋ ਇਸ ਕਰਕੇ ਸੁਰ ਦਾ ਅਰਥ ਹੁੰਦਾ ਹੈ ਦੇਵਤਾ। ਕਹਿੰਦੇ ਜੋ ਦੇਵ ਨਦੀ ਹੈ ਨਾ ਗੰਗਾ, ਉਸ ਨਾਲੋਂ ਵੀ ਸ਼੍ਰੀ ਬੌਲੀ ਸਾਹਿਬ ਦੀ ਮਹਾਨਤਾ ਵੱਧ ਹੈ, ਉਸ ਨਾਲੋਂ ਵੀ ਇਸ ਅੰਮ੍ਰਿਤ ਜਲ ਦੀ ਬਖਸ਼ਿਸ਼ ਸੰਸਾਰੀ ਜੀਵਾਂ ਤੇ ਵੱਧ ਤਰੀਕੇ ਨਾਲ ਹੁੰਦੀ ਹੈ। ਰਚੀ 84 ਜੇ ਸੋਪਾਨ, ਸੋਪਾਨ ਦਾ ਅਰਥ ਹੈ ਸਾਧ ਸੰਗਤ ਜੀ ਪੌੜੀਆਂ। ਕਹਿੰਦੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇਹ ਜੋ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ, ਇਹ ਰਚਨਾ ਵੀ ਬੜੀ ਅਦਭੁਤ ਹੈ, ਇਹ ਰਚਨਾ ਵੀ ਬੜੀ ਮਹਾਨ ਹੈ। ਇਹਦੇ ਵਿੱਚ ਸਤਿਗੁਰਾਂ ਨੇ ਜੋ ਬੌਲੀ ਸਾਹਿਬ ਦੇ ਥੱਲੇ ਵਿੱਚ ਉਤਰਨ ਵਾਸਤੇ ਪੌੜੀਆਂ ਬਣਾਈਆਂ ਨੇ ਸੋਪਾਨ, ਕਹਿੰਦੇ ਇਹਦੇ ਵਿੱਚ ਵੀ ਇੱਕ ਕਲਾ ਹੈ, ਇੱਕ ਬਖਸ਼ਿਸ਼ ਵਰਤ ਰਹੀ ਹੈ। ਗਿਣ ਜਬ ਦੇਖੇ ਕਿਰਪਾ ਨਿਧਾਨ, ਕਿਰਪਾ ਦੇ ਨਿਧਾਨ, ਨਿਧਾਨ ਕਹਿੰਦੇ ਖਜ਼ਾਨਾ, ਕਿਰਪਾ ਦੇ ਖਜ਼ਾਨੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਬੌਲੀ ਸਾਹਿਬ ਦੀ ਰਚਨਾ ਸੰਪੂਰਨ ਕੀਤੀ ਹੈ, ਉਸ ਤੋਂ ਬਾਅਦ ਕਹਿੰਦੇ ਇਸ ਬੌਲੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਨੇ ਉਹਨਾਂ ਦੀ ਜਦੋਂ ਗਿਣਤੀ ਕੀਤੀ ਹੈ, ਮੁਖ ਤੇ ਬਾਕ ਕਹਿਓ ਤਿਸ ਕਾਲ, ਉਸ ਵੇਲੇ ਆਪਣੇ ਸ਼੍ਰੀ ਮੁਖ ਤੋਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇਹ ਬਚਨ ਕਹੇ ਹਨ। ਜੋ ਸਿੱਖ ਦਰਸ ਹੈ ਪ੍ਰੇਮ ਵਿਸਾਰ, ਮਹਾਰਾਜ ਕਹਿਣ ਲੱਗੇ ਜਿਹੜਾ ਵੀ ਕੋਈ ਸਿੱਖ ਸੇਵਕ ਇੱਥੇ ਆ ਕੇ ਦਰਸ਼ਨ ਕਰੇਗਾ, ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰੇਗਾ। ਬਾਰ 84 ਕਰੇ ਇਸ਼ਨਾਨ, ਫਿਰ ਕਹਿੰਦੇ ਜੋ ਇਸ ਬੌਲੀ ਸਾਹਿਬ ਦੇ ਅੰਦਰ ਬਾਰ 84 ਵਾਰ ਇਸ਼ਨਾਨ ਕਰੇਗਾ, ਕਿਉਂਕਿ ਸਾਧ ਸੰਗਤ ਜੀ ਜੋ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਇਹ ਬੌਲੀ ਸਾਹਿਬ ਦੀ ਰਚਨਾ ਸਤਿਗੁਰਾਂ ਨੇ ਕੀਤੀ ਹੈ, ਇਸ ਬੌਲੀ ਸਾਹਿਬ ਦੀਆਂ 84 ਪੌੜੀਆਂ ਹਨ, ਤੇ ਜੋ ਗੁਰਸਿੱਖ ਨੇ ਭਾਵਨਾ ਵਾਲੇ ਸ਼ਰਧਾ ਵਾਲੇ ਸਤਿਗੁਰਾਂ ਦੇ ਬਚਨ ਨੂੰ ਆਪਣੇ ਜੀਵਨ ਚ ਕਮਾਉਂਦੇ ਨੇ, ਗੁਰੂ ਬਚਨਾਂ ਤੇ ਜੋ ਨਿਸ਼ਠਾ ਰੱਖਦੇ ਨੇ, ਅੱਜ ਵੀ ਆਪਾਂ ਉੱਥੇ ਦੇਖ ਸਕਦੇ ਹਾਂ ਕਿ ਭਾਵਨਾ ਵਾਲੇ ਗੁਰਸਿੱਖ ਉੱਥੇ ਫਿਰ ਇਸ਼ਨਾਨ ਕਰਦੇ ਨੇ ਔਰ ਇੱਕ ਇੱਕ ਪੌੜੀ ਤੇ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦੇ ਹਨ। ਕਿਤਨੇ ਜਪ ਜੀ ਪਾਠ ਬਖਾਨ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ
ਇਹ ਬਚਨ ਕਹੇ ਨੇ ਉਸ ਵੇਲੇ ਜਦੋਂ ਬੌਲੀ ਸਾਹਿਬ ਦੀ ਰਚਨਾ ਸੰਪੂਰਨ ਹੋਈ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਨਾਲ ਬੌਲੀ ਸਾਹਿਬ ਦੇ ਵਿੱਚ ਆ ਕੇ ਇਸ਼ਨਾਨ ਕਰੇਗਾ ਔਰ ਇਸ ਦੀਆਂ 84 ਪੌੜੀਆਂ ਤੇ 84 ਜਪਜੀ ਸਾਹਿਬ ਦੇ ਪਾਠ ਕਰੇਗਾ। ਅੱਜ ਵੀ ਗੁਰਸਿੱਖ ਇਸ ਤਰ੍ਹਾਂ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦੇ ਆਪਾਂ ਉੱਥੇ ਦੇਖ ਸਕਦੇ ਹਾਂ ਕਿ ਸਭ ਤੋਂ ਥੱਲੇ ਉੱਤਰ ਕੇ ਪਹਿਲਾਂ ਇਸ਼ਨਾਨ ਕਰਨਾ ਹੈ, ਫਿਰ ਸਭ ਤੋਂ ਪਹਿਲੀ ਪੌੜੀ 'ਤੇ ਖਲੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਨਾ ਹੈ, ਫਿਰ ਥੱਲੇ ਆ ਕੇ ਇਸ਼ਨਾਨ ਕਰਨਾ, ਫਿਰ ਦੂਸਰੀ ਪੌੜੀ 'ਤੇ ਜਪਜੀ ਸਾਹਿਬ ਦਾ ਪਾਠ ਕਰਨਾ, ਫਿਰ ਇਸ਼ਨਾਨ ਕਰਨਾ, ਫਿਰ ਤੀਸਰੀ ਪੌੜੀ 'ਤੇ ਆ ਕੇ ਪਾਠ ਕਰਨਾ। ਇਉਂ ਸਤਿਗੁਰਾਂ ਨੇ ਇਹ ਇਤਿਹਾਸ ਦੁਆਰਾ ਇਹ ਬਚਨ ਕਹੇ ਨੇ ਉਸ ਵੇਲੇ ਜਦੋਂ ਬੌਲੀ ਸਾਹਿਬ ਦੀ ਰਚਨਾ ਸੰਪੂਰਨ ਹੋਈ ਹੈ। ਮਹਾਰਾਜ ਕਹਿੰਦੇ ਜੋ ਕੋਈ ਮਾਈ ਭਾਈ ਸ਼ਰਧਾ ਭਾਵਨਾ ਨਾਲ ਇਸ ਬੌਲੀ ਸਾਹਿਬ ਦੇ ਵਿੱਚ ਆ ਕੇ 84 ਪੌੜੀਆਂ 'ਤੇ 84 ਵਾਰ ਇਸ਼ਨਾਨ ਕਰੇਗਾ ਔਰ 84 ਜਪਜੀ ਸਾਹਿਬ ਦੇ ਪਾਠ ਕਰੇਗਾ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਸ 'ਤੇ ਬਖਸ਼ਿਸ਼ ਹੋਵੇਗੀ। ਸਤਿਗੁਰ ਮੂਰਤ ਕਰਕੇ ਧਿਆਨ ਔਰ ਜਦੋਂ ਬਾਣੀ ਪੜ੍ਹੇਗਾ ਇਸ਼ਨਾਨ ਕਰੇਗਾ ਆਪਣੇ ਹਿਰਦੇ 'ਚ ਸਤਿਗੁਰੂ ਦੀ ਮੂਰਤ ਨੂੰ ਜਦੋਂ ਧਾਰਨ ਕਰੇਗਾ ਸਤਿਗੁਰੂ 'ਤੇ ਨਿਸ਼ਠਾ ਰੱਖ ਕੇ ਇਸ ਤਰ੍ਹਾਂ ਦੀ ਇਹ ਸਾਰੀ ਮਰਿਆਦਾ ਪੂਰੀ ਕਰੇਗਾ। ਮਿਟੇ 84 ਆਵਣ ਜਾਣ ਮਹਾਰਾਜ ਕਹਿੰਦੇ ਉਸ ਦਾ 84 ਲੱਖ ਦਾ ਜੋ ਆਉਣਾ ਜਾਣਾ ਹੈ ਇਹ ਮਿਟ ਜਾਏਗਾ, ਕਿਉਂਕਿ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ 84 ਲੱਖ ਟੇਢੀਆਂ ਜੂਨਾਂ ਦਾ ਜ਼ਿਕਰ ਮਿਲਦਾ ਹੈ ਔਰ ਇਸ ਤੋਂ ਇਲਾਵਾ ਕਲਗੀਧਰ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਵੀ 84 ਲੱਖ ਜੂਨਾਂ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਦੇ ਵੇਦ ਵਿਆਸ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ, ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਸਵਈਆਂ ਵਿੱਚੋਂ ਔਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰੀ ਸੇਵਕ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦੀ ਰਚਨਾ ਵਿੱਚੋਂ ਸਾਨੂੰ 84 ਲੱਖ ਜੂਨਾਂ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਸਾਡੇ ਇਤਿਹਾਸ ਵਿੱਚ ਅਨੇਕਾਂ ਐਸੀਆਂ ਘਟਨਾਵਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਇਹਨਾਂ ਟੇਢੀਆਂ ਜੂਨਾਂ ਦਾ ਵਾਰ ਵਾਰ ਸਾਨੂੰ ਜ਼ਿਕਰ ਮਿਲਦਾ ਹੈ। ਤੋ ਮੁੱਖ ਰੂਪ ਵਿੱਚ ਕਹਿੰਦੇ 84 ਲੱਖ ਜੂਨਾਂ ਉਸ ਪਰਮਾਤਮਾ ਨੇ ਸਾਜੀਆਂ ਨੇ। ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਬਚਨ ਹੈ ਕਿ 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਹੀ ਵਡਿਆਈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ। ਸੋ ਕਈ ਵਾਰੀ ਸਤਿਗੁਰਾਂ ਦੀ ਪਵਿੱਤਰ ਬਾਣੀ ਨੂੰ ਸਮਝਣ ਵਿੱਚ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਜਾਂ ਸਾਨੀ ਸਾਡੀ ਓਨੀ ਅਵਸਥਾ ਨਹੀਂ ਹੁੰਦੀ, ਸਾਡੇ ਪਾਸ ਓਨਾ ਗਿਆਨ ਨਹੀਂ ਹੁੰਦਾ, ਓਨੀ ਸਮਝ ਨਹੀਂ ਹੁੰਦੀ, ਤਾਂ ਕਈ ਵਾਰੀ ਭੁਲੇਖਾ ਲੱਗ ਜਾਂਦਾ ਸੁਭਾਵਕ ਹੀ। ਇਸ ਕਰਕੇ ਕਈ ਗੁਰਮੁਖਾਂ ਨੂੰ ਭੁਲੇਖਾ ਲੱਗ ਜਾਂਦਾ ਕਿ ਅੱਜ ਦੀ ਜਿਹੜੀ ਸਾਇੰਸ ਹੈ ਉਹਦੇ ਮੁਤਾਬਕ ਇਹ ਬਚਨ ਪੂਰਾ ਨਹੀਂ ਉਤਰਦਾ, ਕਿਉਂਕਿ ਗੁਰਬਾਣੀ ਕਹਿੰਦੀ 84 ਲੱਖ ਜੂਨ ਹੈ ਅਤੇ ਸਾਇੰਟਿਸਟ ਕਹਿੰਦੇ ਨੇ 84 ਲੱਖ ਤੋਂ ਵੀ ਵੱਧ ਜੂਨਾਂ ਨੇ। ਸੋ ਇਹਦੇ ਵਿੱਚ ਸਤਸੰਗ ਜੀ ਇੱਕ ਸੂਖਸ਼ਮ ਭੇਦ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ 84 ਲੱਖ ਜੂਨਾਂ ਮੁੱਖ ਰੂਪ ਵਿੱਚ ਮੰਨੀਆਂ ਨੇ ਅਤੇ 1 ਜੂਨ ਦੇ ਵਿੱਚ ਕਈ ਕਈ ਜੂਨਾਂ ਆ ਜਾਂਦੀਆਂ ਨੇ। ਜਿਸ ਤਰ੍ਹਾਂ ਆਪਾਂ ਮੁੱਖ ਤੌਰ 'ਤੇ ਮੰਨਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ 31 ਰਾਗ ਨੇ ਸਾਰਿਆਂ ਨੂੰ ਪਤਾ ਹੈ, ਪਰ ਜਿਹੜੀ ਰਾਗ ਵਿੱਦਿਆ ਦੇ ਮਾਹਰ ਨੇ ਉਹਨਾਂ ਨੂੰ ਪਤਾ ਹੈ ਕਿ 31 ਰਾਗ ਤਾਂ ਮੁੱਖ ਨੇ, 1 ਰਾਗ ਦੇ ਵਿੱਚ ਕਈ ਕਈ ਰਾਗ ਸਮਾਏ ਹੋਏ ਨੇ। ਇਸ ਤਰ੍ਹਾਂ 84 ਲੱਖ ਜੂਨਾਂ ਦਾ ਬਚਨ ਸਤਿਗੁਰਾਂ ਨੇ ਜੋ ਕਿਹਾ ਇਹਦੇ ਅੰਤਰਗਤ ਲੱਖਾਂ ਕਰੋੜਾਂ ਜੂਨਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਬਿਆਨ ਕੀਤੀਆਂ ਨੇ। ਸੋ ਇਸ ਕਰਕੇ ਬਹੁਤ ਸਾਰੇ ਐਸੇ ਗੁਰਬਾਣੀ 'ਚ ਹੋਰ ਵੀ ਬਚਨ ਨੇ ਜਿਨ੍ਹਾਂ ਨੂੰ ਸਮਝਣ ਵਾਸਤੇ ਕਈ ਵਾਰੀ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਜਾਂ ਸਾਡੇ ਪਾਸ ਓਨਾ ਗਿਆਨ ਜਾਂ ਅਭਿਆਸ ਨਹੀਂ ਹੁੰਦਾ। ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਬਚਨ ਨੇ ਜਿਨ੍ਹਾਂ ਨੂੰ ਸਿਰਫ ਅੱਖਰੀ ਗਿਆਨ ਦੁਆਰਾ ਨਹੀਂ ਸਮਝਿਆ ਜਾ ਸਕਦਾ, ਜਦੋਂ ਉਹ ਅਭਿਆਸ ਕਰਦੇ ਉਹ ਅਵਸਥਾ ਹਾਸਲ ਕਰਦੇ ਆ ਉਦੋਂ ਬਚਨ ਜਿਹੜੇ ਸਮਝ ਵਿੱਚ ਆਉਂਦੇ ਨੇ। ਸੋ ਐਸਾ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਮਹਾਨ ਗਿਆਨ ਹੈ। ਤੋ ਇਸ ਪ੍ਰਕਾਰ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਦਾ ਵੀ ਬਚਨ ਹੈ, ਕਹਿੰਦੇ 84 ਲੱਖ ਜੂਨ ਵਿੱਚ
ਉੱਤਮ ਜਨਮ ਸੋ ਮਾਨਸ ਦੇ। ਸੋ ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ 84 ਪੌੜੀਆਂ ਦੀ ਰਚਨਾ ਕਰਕੇ ਇਹ ਬਚਨ ਕੀਤਾ ਹੈ, ਕਿਉਂਕਿ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਇਹ ਵੀ ਵੱਖ ਵੱਖ ਅਵਸਥਾ ਦੇ ਮੁਤਾਬਕ ਹੈ। ਜਿਵੇਂ ਸਾਧ ਸੰਗਤ ਜੀ, ਕੋਈ ਸਿਆਣਾ ਅਧਿਆਪਕ ਨੂੰ ਪਤਾ ਹੈ ਨਾ ਕਿ ਜਿਹੜਾ ਬੱਚਾ ਪਹਿਲੀ ਕਲਾਸ ਦਾ ਵਿਦਿਆਰਥੀ ਹੈ ਉਹਨੂੰ ਉਸ ਤਰ੍ਹਾਂ ਦੀ ਕਿਤਾਬ ਦੇਣੀ ਜੋ ਉਹਦੀ ਸਮਝ ਵਿੱਚ ਆ ਜਾਏ। ਜਿਹੜਾ MA BEd ਵਿੱਚ ਹੈ ਉਹਦਾ ਸਿਲੇਬਸ ਵੱਖਰਾ ਹੈ, ਅਧਿਆਪਕ ਨੂੰ ਟੀਚਰ ਨੂੰ ਪਤਾ ਹੈ ਕਿ ਇਹਦਾ ਲੈਵਲ ਕੀ ਹੈ। ਜੇ ਪਹਿਲੀ ਵਾਲੇ ਨੂੰ BEd ਦੀ ਕਿਤਾਬ ਫੜਾਵਾਂਗੇ ਉਹ ਨਹੀਂ ਸਮਝੇਗਾ, ਜੇ BEd MA ਵਾਲੀ ਵਿਦਿਆਰਥੀ ਨੂੰ ਪਹਿਲੀ ਦੂਜੀ ਦਾ ਕਾਇਦਾ ਫੜਾ ਦੇਵਾਂਗੇ ਉਹਦੇ ਵਾਸਤੇ ਵੀ ਉਹ ਕੋਈ ਲਾਹੇ ਦੀ ਗੱਲ ਨਹੀਂ ਹੈ। ਸੋ ਇਸ ਕਰਕੇ ਜਦੋਂ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਪੜਾਂਗੇ ਉਦੋਂ ਵੀ ਆਪਾਂ ਦੇਖਾਂਗੇ, ਕਦੇ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਹੱਥੀਂ ਸੇਵਾ ਕਰ, ਕਦੇ ਸਤਿਗੁਰੂ ਜੀ ਕਹਿੰਦੇ ਤੂੰ ਸੰਗਤ ਕਰ, ਕਦੇ ਕਹਿੰਦੇ ਨਾਮ ਬਾਣੀ ਦਾ ਅਭਿਆਸ ਕਰ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਕਦੇ ਸੇਵਾ, ਕਦੇ ਸੰਗਤ, ਕਦੇ ਸਿਮਰਨ, ਵੱਖ ਵੱਖ ਅਵਸਥਾ ਦੇ ਮੁਤਾਬਕ ਉਪਦੇਸ਼ ਦਿੰਦੇ ਨੇ। ਅਤੇ ਕਦੇ ਕਦੇ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਭਾਈ ਅਰਦਾਸ ਕਰਨ ਦੀ ਲੋੜ ਨਹੀਂ, ਵਿਣ ਬੋਲਿਆ ਸਭ ਕੁਛ ਜਾਣਦਾ। ਅਤੇ ਕਦੇ ਮਹਾਰਾਜ ਕਹਿੰਦੇ ਨੇ ਕਿ ਉਸ ਮਾਲਕ ਦੇ ਅੱਗੇ ਅਰਦਾਸ ਕਰ, ਦੋਏ ਕਰ ਜ਼ੋਰ ਕਰੋ ਅਰਦਾਸ। ਕਦੇ ਕਹਿੰਦੇ ਅਰਦਾਸ ਕਰਨ ਦੀ ਲੋੜ ਨਹੀਂ, ਉਹ ਪਰਮਾਤਮਾ ਦਾ ਸਭ ਕੁਛ ਜਾਣਦਾ ਹੈ। ਸੋ ਇਹਦੇ ਵਿੱਚ ਅਵਸਥਾ ਦਾ ਜ਼ਿਕਰ ਹੈ, ਜਿੰਨੀ ਕਿਸੇ ਦੀ ਅਵਸਥਾ ਹੈ। ਕਦੇ ਸਤਿਗੁਰੂ ਜੀ ਬਾਣੀ 'ਚ ਸਮਝਾਉਂਦੇ ਨੇ ਕਿ ਜੇ ਪਾਪ ਕਰੇਗਾ ਤੈਨੂੰ ਪਾਪ ਦਾ ਫਲ ਮਿਲੇਗਾ, ਜੇ ਪੁੰਨ ਕਰੇਗਾ ਤੈਨੂੰ ਪੁੰਨ ਦਾ ਫਲ ਮਿਲੇਗਾ। ਅਤੇ ਕਦੇ ਮਹਾਰਾਜ ਕਹਿੰਦੇ ਨੇ ਪਾਪ ਪੁੰਨ ਦੋ ਏਕ ਸਮਾਨ, ਪਾਪ ਦੇ ਪੁੰਨ ਇੱਕੋ ਜਿਹੇ ਨੇ। ਸੋ ਇੱਥੇ ਅਵਸਥਾ ਦਾ ਜ਼ਿਕਰ ਹੈ। ਜੇ ਪਹਿਲੀ ਅਵਸਥਾ ਵਿੱਚ ਹੀ ਬੰਦਾ ਇਹ ਸਮਝ ਲਏਗਾ ਕਿ ਪਾਪ ਪੁੰਨ ਇੱਕੋ ਜਿਹੇ ਨੇ, ਫਿਰ ਉਹਦਾ ਜੀਵਨ ਬਰਬਾਦ ਹੋ ਜਾਏਗਾ। ਉਹ ਸੋਚੇਗਾ ਹੀ ਨਹੀਂ ਪਾਪ ਕਰਨ ਲੱਗਿਆ, ਉਹ ਕਹੇਗਾ ਪਾਪ ਪੁੰਨ ਦੋ ਏਕ ਸਮਾਨ। ਅਤੇ ਜਦੋਂ ਅਭਿਆਸ ਦੁਆਰਾ ਸਤਿਗੁਰੂ ਦੀ ਬਾਣੀ ਦੁਆਰਾ ਕਿਸੇ ਅਵਸਥਾ ਤੇ ਪਹੁੰਚੇਗਾ ਉਦੋਂ ਨੂੰ ਪਤਾ ਲੱਗੇਗਾ ਇਹ ਤਾਂ ਇੱਕ ਆਤਮਕ ਅਵਸਥਾ ਹੈ, ਇੱਥੇ ਆ ਕੇ ਪਾਪ ਤੇ ਪੁੰਨ ਦਾ ਲੇਪ ਨਹੀਂ ਲੱਗਦਾ ਹੈ। ਸੋ ਇਸ ਤਰ੍ਹਾਂ ਕਈ ਗੁਰਮੁਖਾਂ ਨੂੰ ਸ਼ੰਕਾ ਹੋ ਜਾਂਦਾ ਜੀ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ, 84 ਇਸ਼ਨਾਨ ਕਰਨੇ, ਇਹ ਗੁਰਮਤ ਦੇ ਅਨੁਕੂਲ ਨਹੀਂ, ਇਹ ਭੁਲੇਖਾ ਲੱਗ ਜਾਂਦਾ ਹੈ। ਪਰ ਇਹ ਵੱਖ ਵੱਖ ਅਵਸਥਾ ਦੇ ਮੁਤਾਬਕ ਹੈ। ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੋਈ ਹੈ, ਉਹਨਾਂ ਨੇ ਇਸ ਤਰ੍ਹਾਂ ਜਪ ਕੀਤਾ, ਸਾਧਨਾ ਕੀਤੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਦੇਖੋ ਸਾਡੇ ਮਨ ਦੇ ਵਿੱਚ ਕਿੰਨਾ ਫਰਕ ਪਿਆ, ਅਵਸਥਾ ਕਿੰਨੀ ਉੱਚੀ ਹੋਈ ਹੈ, ਮਨ ਦਾ ਕਿੰਨਾ ਟਿਕਾਊ ਬਣਿਆ ਹੈ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅਵਸਥਾ ਦੇ ਮੁਤਾਬਕ ਇਹ ਬਚਨ ਕਹੇ ਨੇ ਕਿ ਜਦੋਂ ਕੋਈ ਮਾਈ ਭਾਈ ਸ਼ਰਧਾ ਭਾਵਨਾ ਨਾਲ ਆਪਣੇ ਹਿਰਦੇ 'ਚ ਗੁਰੂ ਮੂਰਤ ਦਾ ਧਿਆਨ ਧਾਰ ਕੇ ਬੌਲੀ ਸਾਹਿਬ ਦੇ ਅੰਦਰ ਇਸ਼ਨਾਨ ਕਰਕੇ, ਇੱਕ ਇੱਕ ਪੌੜੀ 'ਤੇ ਇੱਕ ਇੱਕ ਇਸ਼ਨਾਨ ਕਰਕੇ 84 ਜਪਜੀ ਸਾਹਿਬ ਦੇ ਪਾਠ ਕਰੇਗਾ, ਉਹਦਾ ਕਲਿਆਣ ਹੋਵੇਗਾ, ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੋਵੇਗੀ। ਜਿਉਂ ਕਿਉਂ ਪਾਏ ਭਗਤ ਗੁਰ ਕੇਰੇ, ਮਹਾਰਾਜ ਕਹਿੰਦੇ ਜਿਵੇਂ ਨਾ ਕਿਵੇਂ ਉਹ ਉਸ ਵਾਹਿਗੁਰੂ ਪਰਮਾਤਮਾ ਦੀ ਅਥਾਹ ਭਗਤੀ ਨੂੰ, ਸ਼ਰਧਾ ਭਾਵਨਾ ਨੂੰ ਪ੍ਰਾਪਤ ਕਰ ਲਏਗਾ। ਮਿਟਹਿ ਜੂਨ ਤਹਿ ਭ੍ਰਮ ਨਾ ਕੋ ਫੇਰੇ, ਮਹਾਰਾਜ ਕਹਿੰਦੇ ਜੋ ਕੁਫੇਰਾ ਹੈ, ਟੇਢੀਆਂ ਜੂਨਾਂ ਦੇ ਵਿੱਚ ਜੋ ਭਰਮਣਾ ਹੈ, ਭਟਕਣਾ ਹੈ, ਕੁਫੇਰਾ ਹੈ, ਟੇਢੀਆਂ ਜੂਨਾਂ ਦੇ ਵਿੱਚ ਜੋ ਬਾਰ ਬਾਰ ਭਰਮਦਾ ਹੈ, ਕਿਉਂਕਿ ਅਗਿਆਨਤਾ ਕਰਕੇ ਸਾਨੂੰ ਇਹ ਸਿਮਰਤੀ ਨਹੀਂ ਹੈ। ਕਿਉਂਕਿ ਜਦੋਂ ਇਸ ਇਨਸਾਨ ਦਾ, ਜੀਵ ਦਾ ਜਨਮ ਹੁੰਦਾ ਹੈ, ਜਨਮ ਹੁੰਦਿਆਂ ਸਾਰ ਮਾਇਆ ਦਾ ਅਸਰ ਹੋ ਜਾਂਦਾ ਹੈ, ਜਿਸ ਕਰਕੇ ਮਨੁੱਖ ਨੂੰ ਇਹ ਟੇਢੀਆਂ ਜੂਨਾਂ ਦੇ ਵਿੱਚ ਜੋ ਭਟਕਦਾ ਰਿਹਾ, ਇਹ ਸਭ ਕੁਝ ਭੁੱਲ ਜਾਂਦਾ ਹੈ। ਪਰ ਹਜ਼ੂਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੁਆਰਾ ਸਾਨੂੰ ਯਾਦ ਕਰਾਉਂਦੇ ਨੇ, ਸਤਿਗੁਰਾਂ ਦੇ ਬਚਨ ਨੇ। ਮਹਾਰਾਜ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਕੀੜੇ ਮਕੌੜੇ ਬਣਿਆ ਹੈ, ਕਈ ਜਨਮ ਸੱਪ ਬਣਿਆ ਹੈ, ਕਈ ਜਨਮ ਪਸ਼ੂ ਬਣਿਆ ਹੈ, ਕਈ ਜਨਮ ਪੰਛੀ ਬਣਿਆ ਹੈ, ਕਈ ਜਨਮ ਪੱਥਰ ਬਣਿਆ ਹੈ। ਪਰ ਸਾਨੂੰ ਇਹ ਚੀਜ਼ ਯਾਦ ਨਹੀਂ ਹੈ, ਅਗਿਆਨਤਾ ਦੇ ਪ੍ਰਭਾਵ ਕਰਕੇ ਸਾਨੂੰ ਇਹ ਸਿਮਰਤੀ ਨਹੀਂ ਹੈ। ਸੋ ਸਤਿਗੁਰੂ ਜੀ ਇਹ ਸਾਰੀ ਯਾਦ ਸਾਨੂੰ ਦਿਵਾ ਰਹੇ ਨੇ ਕਿ ਜਦੋਂ ਕੋਈ ਮਹਾਰਾਜ ਕਹਿੰਦੇ ਮਾਈ ਭਾਈ ਸ਼ਰਧਾ ਭਾਵਨਾ ਨਾਲ ਗੁਰੂ ਸ਼ਬਦ ਨਾਲ ਜੁੜੇਗਾ, ਬੌਲੀ ਸਾਹਿਬ ਵਿੱਚ ਇਸ਼ਨਾਨ ਕਰੇਗਾ,
ਮਹਾਰਾਜ ਕਹਿੰਦੇ ਫਿਰ ਇਹ ਟੇਢੀਆਂ ਜੂਨਾਂ ਦੀ ਭਟਕਣਾ ਉਸਦੀ ਮਿਟ ਜਾਵੇਗੀ। ਅਪਰ ਮਨੋਰਥ ਧਰ ਕਰ ਨਹਾਵੇ। ਇਸ ਤੋਂ ਇਲਾਵਾ ਵੀ ਅਪਰ ਮਨੋਰਥ, ਅਪਰ ਦਾ ਅਰਥ ਹੈ ਕੋਈ ਹੋਰ ਕਿਸੇ ਦਾ ਮਨੋਰਥ ਹੈ। ਜੇ ਕਿਸੇ ਦਾ ਕੋਈ ਹੋਰ ਮਨੋਰਥ ਹੈ, ਕੋਈ ਹੋਰ ਮਨ ਦੀ ਇੱਛਾ ਹੈ, ਵੈਸੇ ਤਾਂ ਮਹਾਰਾਜ ਕਹਿੰਦੇ ਉਸ ਦਾ ਜੀਵਨ ਹੀ ਸਫਲ ਹੋ ਜਾਏਗਾ, ਟੇਢੀਆਂ ਜੂਨਾਂ ਤੋਂ ਛੁਟਕਾਰਾ ਹੋ ਜਾਏਗਾ। ਪਰ ਫਿਰ ਵੀ ਜੇ ਕਿਸੇ ਦੀ ਹੋਰ ਕੋਈ ਮਨਸਾ ਹੈ, ਹੋਰ ਕੋਈ ਮਨ ਦੀ ਇੱਛਾ, ਕੋਈ ਖੁਆਇਸ਼ ਹੈ, ਉਹ ਵੀ ਜੇ ਇਸ ਭਾਵਨਾ ਨਾਲ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਦਰਸ਼ਨ ਕਰੇਗਾ। ਸ਼ਰਧਾ ਧਰੈ ਤੁਰਤ ਸੋ ਪਾਵੈ। ਕਹਿੰਦੇ ਸ਼ਰਧਾ ਭਾਵਨਾ ਨਾਲ ਜੇ ਇਸ਼ਨਾਨ ਕਰੇਗਾ, ਸ਼ਰਧਾ ਦੀ ਬਾਰ ਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੱਲ ਕਰ ਰਹੇ ਨੇ, ਕਿਉਂਕਿ ਸ਼ਰਧਾ ਬਿਨਾਂ ਪ੍ਰਾਪਤੀ ਨਹੀਂ ਹੈ, ਭਾਵਨਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਸੋ ਇਸ ਕਰਕੇ ਕਹਿੰਦੇ ਭਾਵੇਂ ਸਤਿਗੁਰੂ ਦੇ ਦਰਸ਼ਨ ਕਰਨੇ ਨੇ, ਚਾਹੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨਾ ਹੈ, ਚਾਹੇ ਸੰਗਤ ਵਿੱਚ ਬੈਠ ਕੇ ਨਾਮ ਜਾਪ ਕਰਨਾ, ਬਾਣੀ ਪੜ੍ਹਨੀ, ਸਾਡੇ ਹਰ ਇੱਕ ਕਰਮ ਵਿੱਚ ਭਾਵਨਾ, ਹਰ ਇੱਕ ਕਰਮ ਵਿੱਚ ਸ਼ਰਧਾ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਵਰਨਾ ਓਨਾ ਫਲ ਪ੍ਰਾਪਤ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ। ਇਸ ਲਈ ਕਹਿੰਦੇ ਨੇ ਸ਼ਰਧਾ ਧਾਰ ਕੇ ਜੋ ਇਸ਼ਨਾਨ ਕਰਦਾ, ਬਾਣੀ ਪੜ੍ਹਦਾ, ਭਾਈ ਉਸਨੂੰ ਇਹ ਫਲ ਪ੍ਰਾਪਤ ਹੁੰਦੇ ਹਨ। ਅਨਕ ਅਗਨ ਕੇ ਨਾਸ਼ਨ ਹਰੇ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਕਿਹਾ ਕਿ ਅਨਕ ਅਗਨ ਕੀ, ਅਗਨ ਨਾਮ ਹੈ ਪਾਪਾਂ ਦਾ, ਅਗ ਨਾਮ ਹੈ ਪਾਪ ਦਾ। ਔਰ ਸੰਸਕ੍ਰਿਤ ਵਿੱਚ ਇਹ ਨਿਯਮ ਹੈ ਕਿ ਕਿਸੇ ਵੀ ਸ਼ਬਦ ਨੂੰ ਜਦੋਂ ਇੱਕ ਤੋਂ ਬਹੁਵਚਨ ਬਣਾਇਆ ਜਾਂਦਾ ਹੈ ਤਾਂ ਪਿੱਛੇ ਨੰਨਾ ਅੱਖਰ ਲੱਗਦਾ ਹੈ। ਜਿਵੇਂ ਆਪਾਂ ਕਲਗੀਧਰ ਮਹਾਰਾਜ ਜੀਆਂ ਦੀ ਅੰਮ੍ਰਿਤ ਬਾਣੀ ਸ੍ਰੀ ਜਾਪ ਸਾਹਿਬ ਦੇ ਅੰਦਰ ਨਿਤਨੇਮ ਦੀ ਦੂਜੀ ਬਾਣੀ ਅੰਦਰ ਪੜ੍ਹਦੇ ਹਾਂ, ਰਾਜਾਨ ਰਾਜ ਭਾਨਾਨ ਭਾਨ। ਰਾਜ ਦਾ ਅਰਥ ਹੈ ਇੱਕ ਰਾਜਾ, ਭਾਨ ਦਾ ਅਰਥ ਹੈ ਇੱਕ ਸੂਰਜ। ਜਦੋਂ ਪਿੱਛੇ ਨੰਨਾ ਲੱਗ ਜਾਏ ਤੇ ਬਹੁ ਵਚਨ ਬਣ ਜਾਂਦਾ ਹੈ, ਰਾਜਿਆਂ ਦੇ ਰਾਜੇ, ਸੂਰਜਾਂ ਦੇ ਸੂਰਜ, ਰਾਜਾਨ ਰਾਜ ਭਾਨਾਨ ਭਾਨ, ਇੰਦਰਾਨ ਇੰਦਰ, ਦੇਵਾਨ ਦੇਵ। ਸੋ ਇਸ ਪ੍ਰਕਾਰ ਇਹ ਨਿਯਮ ਹੈ ਸੰਸਕ੍ਰਿਤ ਦੀ ਵਿਆਕਰਣ ਦਾ ਕਿ ਇੱਕ ਲਫ਼ਜ਼ ਤੋਂ, ਇੱਕ ਸ਼ਬਦ ਤੋਂ, ਇੱਕ ਵਚਨ ਤੋਂ ਬਹੁ ਵਚਨ ਬਣਾਉਣ ਵਾਸਤੇ ਸ਼ਬਦ ਦੇ ਪਿੱਛੇ ਨੰਨਾ ਅੱਖਰ ਲੱਗਦਾ। ਸੋ ਇਸ ਤਰ੍ਹਾਂ ਅੱਗ ਦਾ ਮਤਲਬ ਹੁੰਦਾ ਪਾਪ, ਇੱਕ ਪਾਪ, ਤੇ ਇੱਥੇ ਸ਼ਬਦ ਹੈ ਅਗਨ, ਭਾਵ ਬਹੁਤੇ ਪਾਪ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜੋ ਕੋਈ ਮਾਈ ਭਾਈ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ, ਗੋਇੰਦਵਾਲ ਸਾਹਿਬ ਵਿਖੇ ਦਰਸ਼ਨ ਦੀਦਾਰ ਕਰੇਗਾ, ਇਹ ਬੌਲੀ ਸਾਹਿਬ ਇਤਨੀ ਮਹਾਨ ਹੈ, ਅਨਕ ਅਗਨ ਕੀ ਨਾਸ਼ਨ ਹਾਰੀ, ਇਹ ਇਸ ਜੀਵ ਦੇ ਅਨੇਕਾਂ ਪਾਪਾਂ ਨੂੰ ਨਾਸ਼ ਕਰਨ ਦੇ ਵਿੱਚ ਸਮਰੱਥ ਹੈ। ਭਈ ਬਾਪਿਕਾ ਨਿਰਮਲ ਬਾਰੀ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਬਾਪਿਕਾ ਬੌਲੀ ਹੈ, ਇਹਦਾ ਜਿਹੜਾ ਬਾਰ ਹੈ, ਬਾਰ ਮਹਿਨਾ ਦੇਖੋ ਦੇਰੀ ਵੀ ਹੁੰਦਾ ਹੈ, ਬਾਰ ਮਹਿਨਾ ਸ੍ਰੇਸ਼ਠ ਵੀ ਹੁੰਦਾ ਹੈ, ਬਾਰ ਮਹਿਨਾ ਵਾਰੀ ਵੀ ਹੁੰਦਾ ਹੈ, ਬਾਰ ਮਹਿਨਾ ਬਾਹਰ ਵੀ ਹੁੰਦਾ ਹੈ, ਬਾਰ ਮਹਿਨਾ ਦਰਵਾਜ਼ਾ ਵੀ ਹੁੰਦਾ ਹੈ, ਤੋ ਬਾਰ ਮਹਿਨਾ ਦੇਰ ਵੀ ਹੈ। ਸੋ ਇਸ ਪ੍ਰਕਾਰ ਇੱਥੇ ਬਾਰ ਦਾ ਅਰਥ ਜਲ ਹੈ, ਪਾਣੀ। ਇਹ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਵਿਦਵਤਾ ਹੈ, ਦੇਖੋ ਇੱਕ ਸ਼ਬਦ ਦੇ ਕਿੰਨੇ ਅਰਥ ਨੇ। ਤੋ ਲਿਖਦੇ ਨੇ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜੋ ਵੀ ਭਾਈ ਸ਼ਰਧਾ ਭਾਵਨਾ ਨਾਲ ਇਸ ਅੰਮ੍ਰਿਤ ਜਲ ਦੇ ਵਿੱਚ, ਨਿਰਮਲ ਬਾਰੀ, ਇਸ ਨਿਰਮਲ ਜਲ ਦੇ ਅੰਦਰ, ਬੌਲੀ ਸਾਹਿਬ ਦੇ ਅੰਦਰ ਇਸ਼ਨਾਨ ਕਰੇਗਾ, ਗੁਰਸਿੱਖਨ ਹਰ ਖਾਵਨ ਵਾਰੀ। ਕਹਿੰਦੇ ਉਹ ਗੁਰਸਿੱਖ ਖੁਸ਼ ਹੋ ਜਾਏਗਾ, ਸਰੀਰ ਕਰਕੇ, ਮਨ ਕਰਕੇ ਉਸ ਨੂੰ ਸਕੂਨ ਮਿਲੇਗਾ, ਸਰੀਰ ਦੇ ਰੋਗ ਵੀ ਉਸਦੇ ਦੂਰ ਹੋਣਗੇ। ਅੱਜ ਤੱਕ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੇਮੀ ਸੱਜਣ ਆਪਾਂ ਨੂੰ ਮਿਲਦੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਪੁੱਛ ਸਕਦੇ ਹਾਂ ਕਿ ਜਦੋਂ ਉਹਨਾਂ ਨੂੰ ਕੋਈ ਚਮੜੀ ਦਾ, ਕੋਈ ਸਰੀਰ ਦਾ ਰੋਗ ਹੋਇਆ, ਵੱਡੇ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਫਿਰ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ, ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਇਹਨਾਂ ਸਰੋਵਰਾਂ ਦੇ ਵਿੱਚ, ਬੌਲੀ ਸਾਹਿਬਾਂ ਵਿੱਚ ਇਸ਼ਨਾਨ ਕੀਤਾ ਅਤੇ ਉਹ ਸਾਰੇ ਸਰੀਰ ਦੇ ਰੋਗ ਦੂਰ ਹੋਏ ਨੇ। ਅੱਜ ਇਹ ਅੱਜ ਤੱਕ ਆਪਾਂ ਪ੍ਰਤੱਖ ਪ੍ਰਮਾਣ ਦੇਖ ਸਕਦੇ, ਅੱਜ ਦੇ ਸਮੇਂ 'ਚ ਵੀ ਕੋਈ ਕਹਿ ਨਹੀਂ ਸਕਦਾ ਇਹ ਤਾਂ ਪੁਰਾਣੇ ਸਮੇਂ 'ਚ ਹੋਵੇਗਾ ਜਾਂ ਸਿੱਖਾਂ ਨੇ ਆਪਣਾ ਇਤਿਹਾਸ ਐਵੇਂ ਲਿਖ ਦਿੱਤਾ ਹੋਵੇਗਾ। ਅੱਜ ਵੀ ਪ੍ਰੈਕਟੀਕਲ ਰੂਪ 'ਚ ਇਹ ਚੀਜ਼ਾਂ ਵਰਤ ਰਹੀਆਂ ਨੇ ਅਤੇ ਅੱਜ ਦੇ ਸਮੇਂ ਆਪਾਂ ਅਨੇਕਾਂ ਖਬਰਾਂ ਇੰਟਰਨੈੱਟ 'ਤੇ, ਅਖਬਾਰਾਂ ਦੇ ਵਿੱਚ, ਰਸਾਲਿਆਂ ਦੇ ਵਿੱਚ, ਟੀ ਵੀ ਚੈਨਲਾਂ 'ਤੇ ਸੁਣ ਸਕਦੇ ਅੱਜ ਵੀ।
ਇਹ ਜ਼ਾਹਰ ਕਲਾ ਅੱਜ ਵੀ ਵਰਤ ਰਹੀ ਹੈ। ਸਤਿਗੁਰਾਂ ਨੇ ਸੰਸਾਰ ਦੇ ਭਲੇ ਵਾਸਤੇ, ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਸਾਰੀਆਂ ਬਖਸ਼ਿਸ਼ਾਂ ਵਰਤਾਈਆਂ ਨੇ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਸ਼੍ਰੀ ਮੁੱਖ ਵਾਕ ਤੋਂ ਇਹ ਬਚਨ ਕਹੇ ਨੇ ਕਿ ਜੋ ਭਾਵਨਾ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਪਾਪ ਦੂਰ ਹੋਣਗੇ। ਔਰ ਇਹ ਅੰਮ੍ਰਿਤ ਜਲ ਬੌਲੀ ਸਾਹਿਬ ਸਿੱਖਾਂ ਨੂੰ ਹਰਖਾਵਨ ਵਾਲੀ ਹੈ, ਖੁਸ਼ੀਆਂ ਵੰਡਣ ਵਾਲੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗ ਆਦਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਿ ਜਦੋਂ ਤੂੰ ਇਸ਼ਨਾਨ ਕਰੇਗਾ ਆਪਣੇ ਪ੍ਰਭੂ ਪਰਮਾਤਮਾ ਨੂੰ ਸਿਮਰੇਗਾ, ਜਿੱਥੇ ਮਨ ਦੇ ਰੋਗ ਦੂਰ ਹੁੰਦੇ ਨੇ ਉੱਥੇ ਤਨ ਦਾ ਰੋਗ ਵੀ ਦੂਰ ਹੋਵੇਗਾ। ਕਈ ਗੁਰਮੁਖਾਂ ਦਾ ਖਿਆਲ ਹੁੰਦਾ ਹੈ, ਚਲੋ ਸਾਰਿਆਂ ਦੇ ਆਪੋ ਆਪਣੇ ਖਿਆਲ ਨੇ। ਕਲਗੀਧਰ ਮਹਾਰਾਜ ਜੀਆਂ ਦਾ ਬਚਨ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਜਿੰਨੀ ਜਿੰਨੀ ਤੁਸੀਂ ਕਿਸੇ ਨੂੰ ਸਮੱਤ ਦਿੱਤੀ ਹੈ ਉਸ ਦੇ ਮੁਤਾਬਕ ਉਹ ਆਪ ਜੀ ਦੀ ਬਾਣੀ ਦੀ ਵਿਚਾਰ ਕਰਦਾ ਹੈ, ਆਪ ਜੀ ਨੂੰ ਸਮਝਦਾ ਹੈ। ਸੋ ਕੁਝ ਗੁਰਮੁਖਾਂ ਦਾ ਖਿਆਲ ਹੈ ਕਿ ਜੋ ਤੁਰਕੀ ਬਾਣੀ ਹੈ ਇਹ ਸਿਰਫ ਮਨ ਨੂੰ ਸ਼ੁੱਧ ਕਰਨ ਵਾਸਤੇ ਹੈ, ਪਰ ਇਸ ਬਾਣੀ ਦਾ ਅਸਰ ਸਾਡੇ ਤਨ ਤੇ ਵੀ ਹੁੰਦਾ ਹੈ, ਸਰੀਰ ਤੇ ਵੀ ਹੁੰਦਾ ਹੈ। ਇਸ ਕਰਕੇ ਤਨ ਅਤੇ ਮਨ ਦੇ ਰੋਗਾਂ ਦੀ ਨਿਵਰਤੀ ਵਾਸਤੇ ਸਤਿਗੁਰਾਂ ਨੇ ਜਿੱਥੇ ਸਾਨੂੰ ਅੰਮ੍ਰਿਤ ਬਾਣੀ ਬਖਸ਼ਿਸ਼ ਕੀਤੀ ਹੈ ਉੱਥੇ ਸਾਨੂੰ ਪਵਿੱਤਰ ਗੁਰਧਾਮ ਔਰ ਇਹ ਪਵਿੱਤਰ ਸਰੋਵਰ ਔਰ ਇਹ ਪਵਿੱਤਰ ਬੌਲੀ ਸਾਹਿਬ ਬਖਸ਼ਿਸ਼ ਕੀਤੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ, ਅੰਮ੍ਰਿਤ ਬਾਣੀ ਦਾ ਬਚਨ ਹੈ, ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ। ਤਨ ਮੈਨਾ ਪੰਜ ਭੌਤਿਕ ਸਰੀਰ, ਕਹਿੰਦੇ ਮਨ ਵੀ ਪਵਿੱਤਰ ਹੋਏਗਾ, ਸਰੀਰ ਵੀ ਪਵਿੱਤਰ ਹੋਏਗਾ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ, ਭਾਈ ਜੋ ਇਸ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਦਾ ਹੈ ਉਹ ਸਭ ਤਰ੍ਹਾਂ ਕਰਕੇ ਪ੍ਰਸੰਨ ਹੁੰਦਾ ਹੈ, ਉਸ ਦੇ ਸਾਰੇ ਰੋਗ ਦੂਰ ਹੁੰਦੇ ਹਨ। ਜਲ ਪੀਏ ਨਿਰਮਲ ਔਰਕਾਰੀ, ਕਹਿੰਦੇ ਜਦੋਂ ਕੋਈ ਇਸ ਜਲ ਨੂੰ ਪੀਂਦਾ ਹੈ, ਛਕਦਾ ਹੈ, ਇਸ਼ਨਾਨ ਕਰਨ ਨਾਲ ਸਰੀਰ ਰੋਗ ਦੂਰ ਹੁੰਦਾ ਹੈ, ਤੇ ਜਦੋਂ ਇਸ ਅੰਮ੍ਰਿਤ ਜਲ ਨੂੰ ਕੁੱਟਾਂ ਭਰ ਕੇ ਆਪਣੇ ਅੰਦਰ ਲਿਜਾਂਦਾ ਹੈ, ਕਹਿੰਦੇ ਅੰਤਿਸ਼ ਕਰਨ ਵੀ ਸ਼ੁੱਧ ਹੋ ਜਾਂਦਾ ਹੈ, ਹਿਰਦਾ ਵੀ ਸ਼ੁੱਧ ਹੁੰਦਾ ਹੈ। ਇੰਨੀਆਂ ਮਹਾਨ ਬਖਸ਼ਿਸ਼ਾਂ ਇਹਨਾਂ ਸਰੋਵਰਾਂ ਦੇ ਵਿੱਚ, ਇਹਨਾਂ ਬੌਲੀ ਸਾਹਿਬਾਂ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਕਰਹਿ ਇਸ਼ਨਾਨ ਦਾਨ ਜੋ ਦੇਮ, ਫਿਰ ਮਹਾਰਾਜ ਕਹਿੰਦੇ ਜੋ ਇੱਥੇ ਇਸ਼ਨਾਨ ਕਰਦਾ ਹੈ ਤੇ ਫਿਰ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਕਿਸੇ ਗਰੀਬ ਦਾ ਭਲਾ ਕਰਦਾ ਹੈ, ਦਾਨ ਕਰਦਾ ਹੈ। ਗੁਰਬਾਣੀ ਪੜ ਕਰ ਸੁਖ ਲੈਵੈ, ਮਹਾਰਾਜ ਕਹਿੰਦੇ ਉਸ ਦਾ ਭਲਾ ਹੁੰਦਾ ਹੈ, ਇਸ਼ਨਾਨ ਕਰਨਾ ਹੈ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਬਾਣੀ ਦਾ ਜਾਪ ਕਰਨਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ ਤੇ ਦਾਨ ਕਰਦਾ ਹੈ, ਇਸ਼ਨਾਨ ਕਰਦਾ ਹੈ। ਗੁਰਮੁਖ ਨਾਮ ਦਾਨ ਇਸ਼ਨਾਨ, ਇਸ ਤਰ੍ਹਾਂ ਦਾ ਜੀਵਨ ਜਿਸ ਨੇ ਧਾਰਨ ਕੀਤਾ ਮਹਾਰਾਜ ਕਹਿੰਦੇ ਸੁਖ ਲੇਵੈ, ਉਹ ਸਭ ਤਰ੍ਹਾਂ ਦੇ ਲੋਕ ਪਰਲੋਕ ਦੇ ਸੁੱਖਾਂ ਨੂੰ ਪਾ ਲੈਂਦਾ ਹੈ। ਤਿੰਨਕੋ ਫਲ ਹੋਵੇ ਅਵਿਨਾਸ਼ੀ, ਮਹਾਰਾਜ ਕਹਿੰਦੇ ਐਸੇ ਵਡਭਾਗੀ ਪੁਰਖ ਨੂੰ ਅਵਿਨਾਸ਼ੀ ਫਲ ਮਿਲਦਾ ਹੈ। ਦੁਨੀਆਂ ਵਿੱਚ ਵੀ ਬਹੁਤ ਸਾਰੇ ਐਸੇ ਫਲ ਨੇ, ਸਭ ਤਰ੍ਹਾਂ ਦੇ ਫਲ ਹਨ, ਪਰ ਇਹ ਫਲ ਅਵਿਨਾਸ਼ੀ ਨਹੀਂ ਹਨ, ਇਹ ਫਲ ਨਾਸ਼ੀ ਹਨ, ਜੋ ਨਾਸ਼ ਹੋ ਜਾਂਦੇ ਨੇ। ਸਮਾਂ ਆਉਂਦਾ ਹੈ, ਸਮਾਂ ਪੂਰਾ ਹੋ ਜਾਂਦਾ ਹੈ, ਕੋਈ ਵੀ ਫਲ ਹੈ, ਕੋਈ ਦਾਤ ਹੈ, ਕੋਈ ਸੁੱਖ ਹੈ, ਸਮਾਂ ਆਉਣ ਤੇ ਖਤਮ ਹੋ ਜਾਂਦਾ ਹੈ। ਪਰ ਕਹਿੰਦੇ ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਜਿਹੜਾ ਫਲ ਮਿਲਦਾ ਨਾ, ਇਹ ਅਵਿਨਾਸ਼ੀ ਹੈ, ਇਹ ਕਦੇ ਨਾਸ ਨਹੀਂ ਹੁੰਦਾ। ਪਰ ਹੈ ਬਿਨਾਸ਼ਨ ਜਮ ਕੇ ਫਾਸੇ, ਇਸ ਤਰ੍ਹਾਂ ਦਾ ਪਵਿੱਤਰ ਜੀਵਨ ਧਾਰਨ ਕਰਕੇ, ਗੁਰਮੁਖ ਨਾਮ ਦਾਨ ਇਸਨਾਨ, ਇਸ ਤਰ੍ਹਾਂ ਦੀ ਮਰਿਆਦਾ ਨੂੰ ਜੀਵਨ ਵਿੱਚ ਕਮਾ ਕੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਰੇ ਬਿਨਾਸਨ ਜਮ ਕੀ ਫਾਸੀ, ਜਮਾਂ ਦੀ ਫਾਹੀ ਨੂੰ ਇਹ ਵਡਭਾਗੀ ਜੀਵ ਨਾਸ਼ ਕਰ ਲੈਂਦੇ ਹਨ। ਇਸ ਵਿਦਿਆਰਕ ਮਹਾਤਮਤਾ ਹੈ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਬੌਲੀ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਮਹਾਤਮ ਸੁਣਾਇਆ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਦਾ ਇਸ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਨ ਦਾ ਫਲ ਹੈ। ਸ਼੍ਰੀ ਗੁਰੂ ਅਮਰਦਾਸ ਮੁਖ ਪ੍ਰਾ ਹੈ, ਇਸ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਸ਼੍ਰੀ ਮੁਖ ਤੋਂ ਪ੍ਰਾਹੀ ਪ੍ਰਾਹੀ ਨਾਮ ਉਚਾਰਨ ਕੀਤਾ। ਕਰੇ ਆਪ ਇਸ਼ਨਾਨ ਸੋ ਨੀਰ, ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜਿੱਥੇ ਹੋਰ ਸਿੱਖ ਸੰਗਤਾਂ ਨੂੰ, ਜਿੱਥੇ ਹੋਰ ਰੋਗੀਆਂ ਨੂੰ, ਦੁਖੀਆਂ ਨੂੰ,
ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦਾ ਉਪਦੇਸ਼ ਦਿੱਤਾ ਹੈ, ਉੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਵੀ ਅੰਮ੍ਰਿਤ ਵੇਲੇ ਜਾਗ ਕੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਲ ਹਰ ਸਮੇਂ ਸਤਿਗੁਰਾਂ ਦਾ ਇੱਕ ਪ੍ਰੇਮੀ ਸੇਵਕ ਸੇਵਾਦਾਰ ਹੈ, ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਬੱਲੂ ਕਰਕੇ ਆਉਂਦਾ ਹੈ। ਇਹ ਭਾਈ ਬੱਲੂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰਹਿੰਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹਰ ਰੋਜ਼ ਅੰਮ੍ਰਿਤ ਵੇਲੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਹਨ। ਹੋਏ ਬਹੁਤ ਸਿੱਖਣ ਕੀ ਭੀੜ। ਇਸ ਪ੍ਰਕਾਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਇਕੱਠ ਹੁੰਦਾ ਹੈ। ਕਰਹਿ ਚੌਂਪ ਸੋ ਮੱਜਣ ਸਾਰੇ। ਇਸ ਤਰ੍ਹਾਂ ਸਾਰੀ ਚੌਂਪ ਨਾਲ, ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਦੂਰੋਂ ਦੂਰੋਂ ਸਿੱਖ ਸੰਗਤਾਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਚੱਲ ਕੇ ਆਉਂਦੀਆਂ ਨੇ ਤੇ ਮੱਜਣ ਕਰਦੀਆਂ ਹਨ, ਇਸ਼ਨਾਨ ਕਰਦੀਆਂ ਹਨ। ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਸੋ ਜਸ ਭਾਵ ਸ੍ਰੇਸ਼ਟ ਜਸ ਕਥਨ ਕਰਦੀਆਂ ਹਨ। ਧੰਨ ਗੁਰੂ ਕੀਨ ਸੇ ਉਪਕਾਰ। ਸਿੱਖ ਸੰਗਤਾਂ ਜਦੋਂ ਬੌਲੀ ਸਾਹਿਬ ਦੇ ਵਿੱਚ ਆ ਕੇ ਇਸ਼ਨਾਨ ਕਰਦੀਆਂ ਨੇ, ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀਆਂ ਨੇ, ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਦੀਆਂ ਨੇ, ਤੇ ਫਿਰ ਸਾਧ ਸੰਗਤ ਜੀ ਦੁੱਖਾਂ ਦਾ, ਵਿਘਨਾਂ ਦਾ ਨਾਸ਼ ਹੁੰਦਾ ਹੈ। ਇਸ ਸਾਰੀ ਮਰਿਆਦਾ ਦਾ, ਇਸ ਸਾਰੀ ਪ੍ਰਕਿਰਿਆ ਦਾ ਜਦੋਂ ਫਲ ਪ੍ਰਾਪਤ ਹੁੰਦਾ ਨਾ ਸਿੱਖ ਸੰਗਤਾਂ ਨੂੰ, ਇਸ਼ਨਾਨ ਕਰਨ ਨਾਲ, ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਨਾਲ, ਸੇਵਾ ਕਰਨ ਨਾਲ ਜੋ ਬਖਸ਼ਿਸ਼ਾਂ ਮਿਲਦੀਆਂ ਨੇ, ਤੇ ਫਿਰ ਆਪ ਮੁਹਾਰੇ ਸਿੱਖ ਸੰਗਤਾਂ ਜਿੱਥੇ ਵੀ ਜਾਂਦੀਆਂ ਨੇ, ਜਿੱਥੇ ਕੋਈ ਮਾਈ ਭਾਈ ਜਾਂਦਾ ਹੈ, ਸਾਰਿਆਂ ਨੂੰ ਸਤਿਗੁਰਾਂ ਦੇ ਗੁਣ ਦੱਸਦਾ ਹੈ, ਸਾਰਿਆਂ ਨੂੰ ਸਤਿਗੁਰਾਂ ਦੀ ਬਖਸ਼ਿਸ਼ ਦੱਸਦਾ ਹੈ ਕਿ ਭਾਈ ਮੇਰੇ ਆਹ ਦੁੱਖ, ਮੇਰੇ ਆਹ ਰੋਗ ਸਤਿਗੁਰਾਂ ਦੀ ਕਿਰਪਾ ਨਾਲ ਦੂਰ ਹੋਏ ਨੇ। ਇਸ ਤਰ੍ਹਾਂ ਕਹਿੰਦੇ ਸੁਭਾਵਕ ਹੀ ਸਿੱਖ ਸੰਗਤਾਂ ਜਿੱਥੇ ਵੀ ਜਾਂਦੀਆਂ ਨੇ ਸਤਿਗੁਰਾਂ ਦੀ ਉਪਮਾ ਕਰਦੀਆਂ ਹਨ। ਸ਼ਰਨ ਪਰ ਹੈ ਤਾਰਿਓ ਗਨ ਭਰ। ਇਸ ਤਰ੍ਹਾਂ ਜੋ ਵੀ ਸਤਿਗੁਰਾਂ ਦੀ ਸ਼ਰਨ ਵਿੱਚ ਪੈਂਦਾ ਹੈ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਤਾਰਿਆ ਹੈ, ਗਨ ਭਾਰਾ, ਹਜ਼ੂਰ ਸੱਚੇ ਪਾਤਸ਼ਾਹ ਜੀ ਭਾਰੀ ਸਮੂਹ ਗੁਣਾਂ ਦੇ ਦਾਤੇ ਹਨ। ਇੱਕ ਲੁਹਾਰ ਤਹਿਕਾਰ ਕਰਤ ਹੈ। ਇਸੇ ਤਰ੍ਹਾਂ ਜਿੱਥੇ ਅਨੇਕਾਂ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰਕੇ, ਸੇਵਾ ਸਿਮਰਨ ਕਰਕੇ, ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਬਖਸ਼ਿਸ਼ਾਂ ਪਾਉਂਦੀਆਂ ਨੇ, ਉਹਨਾਂ ਦੇ ਵਿੱਚੋਂ ਕੁਝ ਕੁ ਪ੍ਰੇਮੀ ਗੁਰਮੁਖਾਂ ਦਾ, ਗੁਰਸਿੱਖਾਂ ਦਾ ਜੀਵਨ ਇੱਥੇ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਟੂਕ ਮਾਤਰ ਲਿਖਿਆ ਹੈ। ਕਹਿੰਦੇ ਉਹਨਾਂ ਸੰਗਤਾਂ ਦੇ ਵਿੱਚੋਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਨੇਮੀ, ਪ੍ਰੇਮੀ, ਸ਼ਰਧਾਵਾਨ ਇੱਕ ਸੇਵਕ ਸਿੱਖ ਹੈ, ਜੋ ਲੁਹਾਰ ਹੈ, ਜੋ ਲੋਹੇ ਦਾ ਕੰਮ ਕਰਦਾ ਸੀ, ਜਿਸ ਦਾ ਪੇਸ਼ਾ ਲੁਹਾਰ ਸੀ। ਕਹਿੰਦੇ ਉਹ ਬੜਾ ਪ੍ਰੇਮੀ ਸਿੱਖ ਸਤਿਗੁਰਾਂ ਦੇ ਦਰਬਾਰ ਵਿੱਚ ਰਹਿੰਦਾ ਹੈ। ਕਾਟਨ ਕੇ ਪੌਰੀ ਸੋ ਕਰਤ ਹੈ। ਕਹਿੰਦੇ ਉਸਨੇ ਬੜੀ ਮੁਸ਼ਕਤ ਨਾਲ, ਬੜੀ ਮਿਹਨਤ ਨਾਲ ਕਾਠ ਦੀ ਪੌੜੀ ਬਣਾਈ ਹੈ। ਕਾਠ ਨਾਮ ਲੱਕੜ ਦਾ ਹੈ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ। ਕਲਗੀ ਧਰਮਾਰਾ ਜੀਆਂ ਨੇ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਵੀ ਸ਼ਬਦ ਵਰਤੇ ਨੇ, ਕੰਠੀ ਕੰਠ ਕਾਠ ਕੀ ਡਾਰੀ। ਰਾਮਾਨੰਦ ਦਾ ਜ਼ਿਕਰ ਕਰਦੇ ਆ, ਮਹਾਰਾਜ ਕਹਿੰਦੇ ਰਾਮਾਨੰਦ ਨੇ ਕੰਠੀ ਜਿਹੜੀ ਕਾਠ ਦੀ ਬਣਾ ਕੇ ਗਲ ਵਿੱਚ ਪਾਈ ਹੈ। ਕੰਠੀ ਨਾਮ ਹੁੰਦਾ ਮਾਲਾ ਦਾ, ਕਾਠ ਨਾਮ ਹੁੰਦਾ ਲੱਕੜ ਦਾ। ਲੱਕੜ ਦੇ ਮੋਤੀ ਬਣਾ ਕੇ, ਉਹਨਾਂ ਲੱਕੜ ਦੇ ਮਣਕਿਆਂ ਦੀ ਮਾਲਾ ਜਿਹੜੀ ਬੈਰਾਗੀ ਸੰਪਰਦਾ ਰਾਮਾਨੰਦ ਦੀ, ਉਹ ਪਾਉਂਦੇ ਹਨ। ਸੋ ਕਾਠ ਦਾ ਮਤਲਬ ਹੁੰਦਾ ਲੱਕੜ। ਤੋ ਕਹਿੰਦੇ ਨੇ ਇਸ ਤਰ੍ਹਾਂ ਇਸ ਲੁਹਾਰ ਨੇ, ਇਸ ਪ੍ਰੇਮੀ ਸਿੱਖ ਨੇ ਲੱਕੜ ਦੀ ਇੱਕ ਪੌੜੀ ਬਣਾਈ ਹੈ। ਅਪਰ ਕਾਜ ਜੋ ਹੋਏ ਸੋ ਕਰਹੇ। ਕਹਿੰਦੇ ਇਸ ਤੋਂ ਇਲਾਵਾ ਹੋਰ ਵੀ ਜੋ ਗੁਰੂ ਘਰ ਦੇ ਵਿੱਚ ਕਾਰ ਹੈ, ਕੰਮ ਹੈ, ਹੋਰ ਵੀ ਜੋ ਸੇਵਾ ਉਹ ਵੀ ਕਰਦਾ ਹੈ, ਤੇ ਇਹ ਇਸ ਕੰਮ ਨੂੰ ਜਾਣਦਾ ਹੈ, ਜੋ ਲੱਕੜ ਦਾ, ਲੋਹੇ ਦਾ, ਇਹ ਮਿਸਤਰੀ ਹੈ, ਕਾਰੀਗਰ ਹੈ। ਸੋ ਇਸਨੇ ਇੱਕ ਸੇਵਾ ਕੀਤੀ ਹੈ ਕਿ ਲੱਕੜ ਦੀ ਇੱਕ ਛੋਟੀ ਜਿਹੀ ਪੌੜੀ ਤਿਆਰ ਕੀਤੀ ਹੈ। ਕਾਸ਼ਟ ਲੋਹਾ ਨਿਜ ਕਰ ਘਰ ਹੀ। ਇਸ ਤਰ੍ਹਾਂ ਕਹਿੰਦੇ ਇਸਨੇ ਕਾਸ਼ਟ ਤੇ ਲੋਹਾ, ਕਾਸ਼ਟ ਨਾਮ ਵੀ ਲੱਕੜ ਦਾ ਹੈ, ਕਾਠ ਨਾਮ ਵੀ ਲੱਕੜ ਦਾ ਹੈ। ਕਹਿੰਦੇ ਲੋਹੇ ਅਤੇ ਲੱਕੜ ਦੇ ਸੁਮੇਲ ਨਾਲ ਇਸਨੇ ਇੱਕ ਬਹੁਤ ਸੁੰਦਰ ਪੌੜੀ ਦੀ ਰਚਨਾ ਕੀਤੀ ਹੈ। ਜਲ ਕੇ ਨਿਕਟ ਸਬਤ ਸੌ ਪਾਨ। ਇਸ ਤਰ੍ਹਾਂ ਕਹਿੰਦੇ ਇਹਨੇ ਛੋਟੀ ਜਿਹੀ ਪੌੜੀ ਬਣਾਈ ਹੈ, ਜਿਸ ਦੀਆਂ ਸੱਤ ਕੁ ਪੌੜੀਆਂ ਹਨ, ਸੱਤ ਕੁ ਪੌੜੇ ਹਨ।
ਇਹ ਸੋਪਾਨ ਪੌੜੀ ਬਣਾ ਕੇ ਇਸਨੇ ਬੌਲੀ ਸਾਹਿਬ ਦੇ ਵਿੱਚ ਰੱਖਣ ਦਾ ਮਨ ਬਣਾਇਆ, ਕਿਉਂਕਿ ਜਿੱਥੋਂ ਬੌਲੀ ਸਾਹਿਬ ਦਾ ਜਲ ਸ਼ੁਰੂ ਹੁੰਦਾ ਹੈ ਉਸ ਤੋਂ ਥੱਲੇ ਪੌੜੀਆਂ ਨਹੀਂ ਹਨ। ਸੋ ਇਸਨੇ ਮਨ ਵਿੱਚ ਖਿਆਲ ਬਣਾਇਆ ਕਿ ਜਦੋਂ ਸਿੱਖ ਸੰਗਤਾਂ ਇਸ਼ਨਾਨ ਕਰਦੀਆਂ ਨੇ ਉਹਨਾਂ ਨੂੰ ਥੋੜ੍ਹੀ ਦਿੱਕਤ ਹੁੰਦੀ ਹੈ ਕਿ ਉਹਨਾਂ ਲੱਕੜ ਦੀਆਂ ਕੁਝ ਪੌੜੀਆਂ ਬਣਾ ਕੇ ਥੱਲੇ ਤੱਕ ਕੀਤੀਆਂ ਜਾਣ ਤਾਂ ਕਿ ਗੁਰਮੁਖ ਹੋਰ ਥੱਲੇ ਜਲ ਵਿੱਚ ਜਾ ਕੇ ਇਸ਼ਨਾਨ ਕਰ ਸਕਣ। ਇਸ ਭਾਵਨਾ ਨੂੰ ਲੈ ਕੇ ਇਸਨੇ ਲੱਕੜ ਦੀ ਪੌੜੀ ਬਣਾਈ ਹੈ। ਲਾਏ ਕਾਠ ਤਿੰਨ ਰਚੀ ਮਹਾਨ, ਇਸ ਤਰ੍ਹਾਂ ਲ੕ੱਕੜ ਤੇ ਲੋਹੇ ਦੇ ਸੁਮੇਲ ਨਾਲ ਇਸਨੇ ਬਹੁਤ ਮਹਾਨ ਬੜੀ ਸੁੰਦਰ ਇੱਕ ਪੌੜੀ ਬਣਾਈ ਹੈ। ਜਿਸ ਤੇ ਜਲ ਸੁਖੇ ਨਹੀਂ ਲੇ, ਜਿਸ ਨਾਲ ਕਹਿੰਦੇ ਸੌਖੇ ਤਰੀਕੇ ਨਾਲ ਹੀ ਸਿੱਖ ਸੰਗਤਾਂ ਬੌਲੀ ਸਾਹਿਬ ਦੇ ਵਿੱਚੋਂ ਜਲ ਗ੍ਰਹਿਣ ਕਰ ਸਕਦੀਆਂ ਨੇ, ਇਸ਼ਨਾਨ ਕਰ ਸਕਦੀਆਂ ਹਨ। ਨਹਾਨ ਪਾਨ ਜੋ ਚਾਹੇ ਕਰੇ, ਜੋ ਵੀ ਕੋਈ ਇਸ਼ਨਾਨ ਕਰਨਾ ਚਾਹੁੰਦਾ ਹੈ ਜਾਂ ਬੌਲੀ ਸਾਹਿਬ ਦੇ ਵਿੱਚੋਂ ਜਲ ਪਾਨ ਕਰਨਾ ਚਾਹੁੰਦਾ ਹੈ, ਛਕਣਾ ਚਾਹੁੰਦਾ ਹੈ, ਉਸ ਦੀ ਸਹੂਲਤ ਵਾਸਤੇ ਇਸ ਗੁਰਮੁਖ ਨੇ ਇਹ ਲੱਕੜ ਦੀ ਪੌੜੀ ਬਣਾਈ ਹੈ। ਜਿਸ ਕੀ ਕ੍ਰਿਤ ਹੇਰ ਗੁਰ ਪੂਰੇ, ਕਹਿੰਦੇ ਉਸ ਦੀ ਮਿਹਨਤ ਔਰ ਉਸ ਦੀ ਭਾਵਨਾ ਨੂੰ ਦੇਖ ਕੇ, ਕ੍ਰਿਤ ਨਾਮ ਕੰਮ ਦਾ ਸੇਵਾ ਦਾ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋ ਇਸ ਕਲਯੁਗ ਦੇ ਅੰਦਰ ਪੂਰੇ ਗੁਰੂ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਸ ਲੁਹਾਰ ਦੀ, ਇਸ ਪ੍ਰੇਮੀ ਸਿੱਖ ਦੀ ਇਸ ਸੇਵਾ ਨੂੰ ਜਦੋਂ ਦੇਖਿਆ ਹੈ। ਸੋ ਪ੍ਰਸੰਨ ਬਲਵਾਏ ਹਜ਼ੂਰੇ, ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਦੇ ਉੱਪਰ ਬੜੇ ਪ੍ਰਸੰਨ ਹੋਏ। ਪ੍ਰਸੰਨ ਨਹੀਂ ਬਲਕਿ ਸੋ ਪ੍ਰਸੰਨ, ਪ੍ਰਸੰਨ ਹੁੰਦਾ ਸੁਭਾਵਕ ਖੁਸ਼ ਹੋਣਾ, ਸੋ ਪ੍ਰਸੰਨ ਹੁੰਦਾ ਬਹੁਤ ਚੰਗੀ ਤਰ੍ਹਾਂ ਖੁਸ਼ ਹੋਣਾ। ਖਾਸ ਕਰਕੇ ਬ੍ਰਿਜ ਭਾਸ਼ਾ ਦੇ ਵਿੱਚ ਇਹ ਨਿਯਮ ਵਰਤਿਆ ਜਾਂਦਾ ਹੈ, ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਅੰਦਰ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਅੰਦਰ, ਔਰ ਸ਼੍ਰੀ ਗੁਰੂ ਪੰਥ ਪ੍ਰਕਾਸ਼, ਸ਼੍ਰੀ ਗੁਰਬਿਲਾਸ ਪਾਤਸ਼ਾਹ 6ਵੀਂ ਤੇ 10ਵੀਂ, ਇਹਨਾਂ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਇਹ ਸ਼ਬਦ ਆਮ ਤੌਰ ਤੇ ਵਿਦਵਾਨ ਕਵੀਆਂ ਨੇ ਵਰਤਿਆ ਹੋਇਆ ਹੈ ਕਿ ਜਦੋਂ ਕਿਸੇ ਵੀ ਸ਼ਬਦ ਤੋਂ ਪਹਿਲਾਂ ਸੱਸੇ ਨੂੰ ਔਂਕੜ ਇਹ ਸ਼ਬਦ ਲਿਖਿਆ ਜਾਂਦਾ, ਸੋ ਉਹਦਾ ਅਰਥ ਹੁੰਦਾ ਬਹੁਤ ਚੰਗੀ ਤਰ੍ਹਾਂ। ਜਿਵੇਂ ਪਿੱਛੇ ਸ਼ਬਦ ਆਇਆ ਸੀ ਜਸ, ਉਹਦੇ ਅੱਗੇ ਸੋ ਲੱਗਾ, ਸੋ ਜਸ ਭਾਵ ਬਹੁਤ ਜ਼ਿਆਦਾ ਸ੍ਰੇਸ਼ਟ, ਜਸ ਬਹੁਤ ਚੰਗੀ ਵਡਿਆਈ। ਇਸੇ ਤਰ੍ਹਾਂ ਇੱਥੇ ਸ਼ਬਦ ਹੈ ਸੋ ਪ੍ਰਸੰਨ, ਪ੍ਰਸੰਨ ਦਾ ਅਰਥ ਹੈ ਖੁਸ਼, ਸੋ ਪ੍ਰਸੰਨ ਬਹੁਤ ਜ਼ਿਆਦਾ ਖੁਸ਼ੀ, ਬਹੁਤ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣਾ। ਸੋ ਇਸ ਕਰਕੇ ਇੱਥੋਂ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਣਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਗੁਰਮੁਖ ਦੀ ਸੇਵਾ ਨੂੰ ਦੇਖ ਕੇ ਸੋ ਪ੍ਰਸੰਨ, ਬਹੁਤ ਜ਼ਿਆਦਾ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਉਸ ਦੀ ਭਾਵਨਾ ਨੂੰ ਔਰ ਉਸਦੇ ਖਿਆਲ ਨੂੰ ਜਦੋਂ ਜਾਣਿਆ ਹੈ। ਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਬੁਲਵਾਏ ਹਦੂਰੇ, ਆਪਣੇ ਸਨਮੁਖ ਉਸ ਗੁਰਮੁਖ ਨੂੰ ਬੁਲਾਇਆ ਹੈ। ਸੁਣ ਆਇਸ ਕੋ ਤਤ ਸ਼ਨਿਆਵ, ਆਇਸ ਦਾ ਅਰਥ ਹੈ ਆਗਿਆ ਜਾਂ ਹੁਕਮ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਸੁਣ ਕੇ ਬੜੀ ਛੇਤੀ ਨਾਲ ਉਹ ਗੁਰਮੁਖ ਪਿਆਰਾ ਜੋ ਲੁਹਾਰ ਹੈ, ਸੇਵਾਦਾਰ ਹੈ, ਸਤਿਗੁਰਾਂ ਦੇ ਸਨਮੁਖ ਹਾਜ਼ਰ ਹੋਇਆ। ਬੜ ਭਾਗੀ ਚਰਨਾਂ ਸਿਰ ਲਾਵ, ਕਹਿੰਦੇ ਵੱਡਿਆਂ ਭਾਗਾਂ ਵਾਲੇ ਉਸ ਗੁਰਮੁਖ ਨੇ, ਕਿਉਂਕਿ ਉਸਦੇ ਵੱਡੇ ਭਾਗ ਨੇ ਜਿਸ ਨੇ ਸਰੀਰ ਕਰਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕੀਤੇ ਨੇ, ਜਿਸ ਨੇ ਸਰੀਰ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ, ਉਹ ਤਾਂ ਵੱਡਿਆਂ ਭਾਗਾਂ ਵਾਲਾ ਹੀ ਹੈ ਨਾ। ਇਸ ਕਰਕੇ ਉਸ ਵਾਸਤੇ ਵੱਡ ਭਾਗੀ ਸ਼ਬਦ ਲਿਖਿਆ। ਕਹਿੰਦੇ ਉਸ ਵੱਡਿਆਂ ਭਾਗਾਂ ਵਾਲੇ ਗੁਰਮੁਖ ਨੇ ਚਰਨਨ ਸਿਰ ਲਾਵਾ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਆਪਣਾ ਮਸਤਕ ਰੱਖਿਆ ਹੈ। ਜਿਸ ਕੇ ਮਸਤਕ ਧਾਰ ਕਰ ਹੱਥ, ਕਹਿੰਦੇ ਉਸ ਦੇ ਮੱਥੇ ਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣਾ ਹੱਥ ਧਰਿਆ ਹੈ, ਉਸ ਦੇ ਸਿਰ ਤੇ ਸਤਿਗੁਰਾਂ ਨੇ ਹੱਥ ਰੱਖ ਕੇ ਇਹ ਬਖਸ਼ਿਸ਼ ਕੀਤੀ ਹੈ। ਮੰਤਰ ਸੋ ਸਤਨਾਮ ਦੀਆ ਨਾਥ, ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸਤਨਾਮ ਵਾਹਿਗੁਰੂ ਇਹ ਗੁਰਮੰਤਰ ਜਪਣ ਵਾਸਤੇ ਉਸ ਨੂੰ ਆਗਿਆ ਦਿੱਤੀ। ਸੰਤ ਸਧਾਰਨ ਨਾਮ ਧਰਿਓ ਤੇ, ਸਾਧ ਸੰਗਤ ਜੀ ਫਿਰ ਉਸ ਗੁਰਮੁਖ ਦਾ ਨਾਮ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਰਸਨਾ ਤੋਂ ਫਰਮਾਇਆ ਸੰਤ ਸਧਾਰਨ। ਉਸ ਦਿਨ ਤੋਂ ਬਾਅਦ ਉਸ ਗੁਰਮੁਖ ਦਾ ਨਾਮ ਸੰਗਤਾਂ ਦੇ ਵਿੱਚ ਸੰਤ ਸਧਾਰਨ ਕਰਕੇ ਪ੍ਰਸਿੱਧ ਹੋਇਆ। ਪ੍ਰਾਪਤ ਹਿਰਦੈ ਪ੍ਰਕਾਸ਼ ਲਹਿਓ ਜਿਹੇ, ਕਹਿੰਦੇ ਜਦੋਂ ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਹੱਥ ਉਸਦੇ ਮੱਥੇ ਤੇ ਰੱਖਿਆ ਨਾ, ਸਤਿਗੁਰਾਂ ਦੇ ਹੱਥ ਦਾ ਸਪਰਸ਼ ਹਾਸਲ ਕਰਦਿਆਂ ਹੀ ਉਸ ਗੁਰਮੁਖ ਨੂੰ ਪ੍ਰਾਪਤ ਹਿਰਦੈ ਪ੍ਰਕਾਸ਼ ਲਹਿਓ, ਉਸ ਨੂੰ ਆਪਣੇ ਅੰਤਰ ਆਤਮੇ ਅੰਤਸ਼ਕਰਨ ਅੰਦਰ ਆਤਮਕ ਗਿਆਨ ਹੋ ਗਿਆ,
ਅਗਿਆਨਤਾ ਦਾ ਨਾਸ਼ ਹੋ ਗਿਆ, ਕਪਾਟ ਖੁੱਲ ਗਏ, ਸਤਿਗੁਰਾਂ ਦੀ ਇਹ ਬਖਸ਼ਿਸ਼ ਉਸ ਤੇ ਹੋਈ ਹੈ। ਸੇਵ ਪਰੀ ਸਭ ਥਾਂ ਤੁਮਾਰੀ, ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਕਿਹਾ, ਭਾਈ ਸਿੱਖਾ ਤੇਰੀ ਇਹ ਸਾਰੀ ਸੇਵਾ ਜਿਹੜੀ ਹੈ ਨਾ ਇਹ ਪ੍ਰਵਾਨ ਹੋ ਗਈ ਹੈ, ਤੇਰੀ ਸੇਵਾ ਤੇ ਅਸੀਂ ਬੜੇ ਪ੍ਰਸੰਨ ਹੋਏ ਹਾਂ। ਸੋ ਉਸ ਦੇ ਸਿਰ ਤੇ ਹੱਥ ਰੱਖਿਆ ਹੈ। ਸਾਧ ਸੰਗਤ ਜੀ, ਇਹ ਸੇਵਾ ਦੀ ਬਖਸ਼ਿਸ਼ ਹੈ, ਸੇਵਾ ਦੀ ਮਹਾਨਤਾ ਹੈ। ਇਸ ਕਰਕੇ ਸੇਵਾ ਕਰਨ ਦਾ ਜੋ ਉਪਦੇਸ਼ ਹੈ ਸਾਨੂੰ ਪਵਿੱਤਰ ਬਾਣੀ ਵਿੱਚੋਂ, ਸਾਡੇ ਸਾਹਿਤ ਵਿੱਚੋਂ, ਇਤਿਹਾਸ ਵਿੱਚੋਂ ਮਿਲਦਾ ਹੈ। ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇਸ ਕਰਕੇ ਸ਼ੰਕਾ ਨਹੀਂ ਕਰਨਾ ਕਿ ਸੇਵਾ ਕਰਨ ਦੀ ਕੀ ਲੋੜ ਹੈ, ਇਹ ਤਾਂ ਐਵੇਂ ਗੱਲਾਂ ਬਣਾਈਆਂ ਨੇ। ਹੁਣ ਦੇਖੋ ਸੇਵਾ ਦਾ ਕਿੱਡਾ ਵੱਡਾ ਫਲ ਹੈ। ਕਹਿੰਦੇ ਉਸ ਗੁਰਮੁਖ ਦੀ ਸੇਵਾ ਤੇ ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ, ਉਸਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਨਾਲ ਹੀ ਉਸਨੂੰ ਆਤਮ ਗਿਆਨ ਹੋ ਗਿਆ ਤੇ ਹਜ਼ੂਰ ਕਹਿੰਦੇ ਭਾਈ ਤੇਰਾ ਜੀਵਨ ਸਫਲ ਹੋਇਆ, ਤੇਰੀ ਸੇਵਾ ਥਾਂ ਪੈ ਗਈ ਹੈ। ਗਾਏ ਰਹੋ ਅਬ ਗ੍ਰਹਿ ਮਜਾਰੀ, ਹਜ਼ੂਰ ਕਹਿਣ ਲੱਗੇ ਭਾਈ ਤੇਰੀ ਸੇਵਾ ਸਫਲ ਹੋਈ, ਤੇਰੀ ਸੇਵਾ ਪੂਰੀ ਹੋਈ, ਹੁਣ ਤੂੰ ਆਪਣੇ ਗ੍ਰਹਿ ਵਿਖੇ, ਆਪਣੇ ਘਰ ਵਿਖੇ ਜਾ ਸਕਦਾ ਹੈ। ਕਰੋ ਭਜਨ ਬੈਠੇ ਸੁਖ ਪਾਵੋ, ਹਜ਼ੂਰ ਕਹਿਣ ਲੱਗੇ ਆਪਣੇ ਘਰ ਦੇ ਵਿੱਚ ਜਾ ਕੇ ਹੁਣ ਤੂੰ ਭਜਨ ਬੰਦਗੀ ਕਰਿਆ ਕਰ, ਤੈਨੂੰ ਤੇਰੇ ਘਰ ਦੇ ਵਿੱਚ ਰਹਿ ਕੇ ਹੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ। ਲੈਣ ਦੇਣ ਕੋ ਕਹੂੰ ਨਾ ਜਾਵੋ, ਮਹਾਰਾਜ ਕਹਿੰਦੇ ਹੁਣ ਕਿਸੇ ਪਾਸੇ ਲੈਣ ਦੇਣ ਕਰਨ ਵਾਸਤੇ ਨਹੀਂ ਜਾਣਾ ਹੈ, ਹੁਣ ਕਿਸੇ ਪਾਸੇ ਇੱਧਰ ਉੱਧਰ ਨਹੀਂ ਜਾਣਾ ਹੈ, ਆਪਣੇ ਘਰ ਦੇ ਵਿੱਚ ਰਹਿਣਾ ਹੈ, ਪਰਿਵਾਰ ਦੀ ਪਾਲਣਾ ਕਰਨੀ ਹੈ, ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਕਰਨੀ ਹੈ, ਔਰ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਔਰ ਆਪਣੇ ਘਰ ਵਿੱਚ ਰਹਿ ਕੇ ਸਿਮਰਨ ਭਗਤੀ ਵਾਲਾ ਜੀਵਨ ਇਸੇ ਤਰ੍ਹਾਂ ਹੀ ਨਿਭਾਉਂਦੇ ਰਹਿਣਾ ਹੈ। ਇਹ ਦਾਤ, ਇਹ ਬਖਸ਼ਿਸ਼ ਉਸ ਗੁਰਮੁਖ ਦੀ ਸੇਵਾ ਤੇ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ ਹੈ। ਹੋਏ ਨਿਹਾਲ ਗੁਰ ਕੋ ਬਚਨ ਮਾਨਾ, ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕੇ ਇਹ ਗੁਰਮੁਖ ਬਹੁਤ ਹੀ ਨਿਹਾਲ ਹੋਇਆ ਹੈ। ਸਤਨਾਮ ਨਿਤ ਸਿਮਰਨ ਠਾਨਾ, ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਇਸਨੇ ਕਮਾਇਆ ਹੈ, ਆਪਣੇ ਘਰ ਵਿੱਚ ਜਾ ਕੇ ਹਮੇਸ਼ਾ ਹੀ ਇਹ ਸੇਵਾ ਸਿਮਰਨ ਦੇ ਵਿੱਚ ਜੁਟਾ ਹੋਇਆ, ਬੰਦਗੀ ਕਰਦਾ ਹੈ, ਸੱਚੀ ਸੁੱਚੀ ਕਿਰਤ ਕਮਾਈ ਕਰਦਾ ਹੈ। ਗ੍ਰਹਿ ਨਿਜ ਗਇਓ ਭਇਓ ਸੁਖ ਵਾਸੀ, ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਗਿਆ ਹੈ ਔਰ ਸੁੱਖਾਂ ਦੇ ਵਿੱਚ ਇਸ ਦਾ ਨਿਵਾਸ ਹੋਇਆ ਹੈ। ਪਾਇਓ ਆਨੰਦ ਬਿਲੰਦ ਅਨਾਸ਼ੀ, ਇਸ ਤਰ੍ਹਾਂ ਇਸਨੇ ਆਪਣੇ ਘਰ ਦੇ ਵਿੱਚ ਰਹਿ ਕੇ, ਬਿਲੰਦ ਨਾਮ ਫਾਰਸੀ ਵਿੱਚ ਕਹਿੰਦੇ ਬਹੁਤ ਉੱਚਾ, ਕਹਿੰਦੇ ਬਹੁਤ ਉੱਚੀ ਆਤਮਕ ਅਵਸਥਾ, ਬਹੁਤ ਵੱਡਾ ਆਤਮਕ ਆਨੰਦ ਇਸਨੇ ਆਪਣੇ ਘਰ ਦੇ ਵਿੱਚ ਰਹਿ ਕੇ ਹਾਸਲ ਕਰ ਲਿਆ ਹੈ। ਇਸ ਦੀ ਸੇਵਾ ਤੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਇਸ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਨੇ। ਇਸ ਤਰ੍ਹਾਂ ਇਸ ਗੁਰਮੁਖ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ। ਇਸ ਤੋਂ ਅੱਗੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਸਿੱਖ ਸੰਗਤਾਂ ਤੇ ਬਖਸ਼ਿਸ਼ਾਂ ਕਰਦੇ ਨੇ, ਕਿਸ ਤਰ੍ਹਾਂ ਪ੍ਰੇਮੀ ਸਿੱਖ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ, ਉਹਨਾਂ ਮਹਾਨ ਗੁਰਮੁਖਾਂ ਦਾ ਜੀਵਨ, ਉਹਨਾਂ ਦੀਆਂ ਮਹਾਨ ਆਤਮਕ ਅਵਸਥਾਵਾਂ ਦਾ ਜ਼ਿਕਰ ਸਾਨੂੰ ਸਿਰਫ ਸਾਡੇ ਇਤਿਹਾਸ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਆਪ ਜੀ ਦੀ ਬਾਣੀ ਤੇ, ਆਪ ਜੀ ਦੇ ਇਤਿਹਾਸ ਤੇ ਔਰ ਇਹਨਾਂ ਗੁਰਮੁਖਾਂ ਦੇ ਐਸੇ ਮਹਾਨ ਪਰਉਪਕਾਰੀ ਪਵਿੱਤਰ ਜੀਵਨ ਤੇ ਸਾਡਾ ਨਿਸ਼ਚਾ ਬਣਿਆ ਰਹੇ, ਇਹਨਾਂ ਵਰਗਾ ਜੀਵਨ ਸਾਨੂੰ ਵੀ ਪ੍ਰਾਪਤ ਹੋਵੇ ਤਾਂ ਕਿ ਸੰਸਾਰਿਕ ਜਨਮ ਸਫਲ ਹੋ ਸਕੇ। ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਸਤਿਗੁਰੂ ਜੀ ਬਖਸ਼ਿਸ਼ ਕਰਨ। ਪੜੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦਿਆਂ ਸਾਧ ਸੰਗਤ ਜੀ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਆਓ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਗ੍ਰਹਿ ਨਿਜ ਗਇਓ ਭਇਓ ਸੁਖ ਵਾਸੀ, ਪਾਇਓ ਆਨੰਦ ਬਿਲੰਦ ਅਨਾਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਾਇਆ ਤਾਰ,
अंधकूप महापया नानक पार उतार आई प्रभ शरणागति कृपा निध दयाल एक अखर हर मन बसत नानक होत निहार एक अखर हर मन बसत नानक होत निहार वाहे गुरु जी का खालसा वाहे गुरु जी की फतेह।